ਤੇ ਬਾਕੀ ਇੱਥੇ ਆਉਣ ਨਾਲ ਕੋਈ ਸਾਨੂੰ ਲਾਭ ਏਡਾ ਕੋਈ ਨਹੀਂ ਹੁੰਦਾ ਕਿਉਂਕਿ ਅਸੀਂ ਜਦੋਂ ਆਉਨੇ ਆ ਸਾਡੀ ਸਰਵਿਸ ਰੁਕ ਜਾਂਦੀ ਹੈ ਹਮਮ ਤਨਖਾਹ ਸਾਡੀ ਬੰਦ ਉਲਟਾ ਮਤਲਬ 1 ਮਹੀਨਾ ਦਾ 5000 ਇੱਕ ਬੰਦੇ ਉਹ ਜਮਾ ਹੋਣਾ ਤਨਖਾਹ ਵੀ ਰੁਕ ਗਈ ਜੇ ਕੋਈ ਵਾਅਦਾ ਲੱਗਣਾ ਜਾਂ ਕੁਛ ਲੱਗਣਾ ਉਹ ਨਹੀਂ ਲੱਗਦਾ ਸਰਵਿਸ ਬੰਦ ਹੋ ਜਾਂਦੀ ਹੈ ਜਿਹੜੇ ਵੱਡੇ ਵੱਡੇ ਸਿੱਖ ਸਦਮਾਉਣ ਵਾਲੇ ਉਹ ਗਾਇਕਾਂ ਦੇ ਅੱਗੇ ਟਿਕਟਾਂ ਲੈ ਕੇ ਖਰੀਦ ਕੇ ਬੈਠੇ ਹੁੰਦੇ ਆ ਬੈਠੇ ਹੁੰਦੇ ਨੇ ਜੀ ਪਰਿਵਾਰਾਂ ਸਮੇਤ ਜਾਂਦੇ ਹਾਂ ਹਾਂ ਉੱਥੇ 100 100 2 150 ਦੀ ਪਾਉਂਡ ਦੀ ਟਿਕਟ ਲੈ ਕੇ ਤੇ ਫਿਰ ਸ਼ੋਅ ਵੇਖਣ ਜਾਂਦੇ ਹਨ ਫਿਰ ਉਹਨਾਂ ਨੂੰ ਕਿੰਨਾ ਪ੍ਰਮੋਟ ਕਰਾਹੀ ਨਹੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਬਹੁਤ ਛੀ ਗੱਲ ਹੈ ਉਹਨਾਂ ਨੇ ਵੀ ਆਪਣੇ ਫੀਲਡ ਵਿੱਚ ਮਿਹਨਤ ਕੀਤੀ ਹੈ ਜਿਹੜਾ ਗਾਇਕ ਆ ਚਾਹੇ ਕੋਈ ਵੀ ਉਹਦੀ ਮਿਹਨਤ ਆ ਜੀ ਉਹਨਾਂ ਨੂੰ ਤਾਂ ਸਨਮਾਨ ਦੇ ਲਿਆ ਹਨ ਜਦੋਂ ਕੀਰਤਨੀਆਂ ਦੀ ਵਾਰੀ ਆਉਂਦੀ ਆ ਤੇ ਕੀਰਤਨੀਆਂ ਨੂੰ ਪੇਟਾ ਦੇਣ ਲੱਗਿਆਂ ਵੀ ਅਸੀਂ ਫਰੋਂਦੇ ਹੀ ਦੇਖੇ ਅੱਛਿਕ ਹੋਰ ਗੱਲ ਜਿਹੜੀ ਅੱਜ ਕਰ ਕਾਫੀ ਚਰਚਾ ਚ ਚੱਲ ਰਹੀ ਹੈ ਕਿ ਜਿਹੜੇ ਰਾਗੀ ਸਹਿਬਾਨ ਨੇ ਕਥਾ ਵਾਚਕ ਨੇ ਪ੍ਰਚਾਰਕ ਨੇ ਆਪਣੇ ਬੱਚੇ ਨੂੰ ਪ੍ਰਚਾਰਕ ਨਹੀਂ ਬਣਾ ਰਹੇ ਨੇ ਮੈਂ ਪੁੱਛਣਾ ਚਾਹਾਂਗੀ ਕਿ ਆਪ ਜੀ ਜਾਂ ਸਾਡੇ ਦਿਰਨ ਸੋਤੇ ਨੇ ਦਰਸ਼ਕ ਨੇ ਸੰਗਤਾਂ ਨੇ ਇਹ ਵੀ ਉਸ ਛੇ ਕਿ ਆਪ ਜੀ ਆਪਣੇ ਬੱਚੇ ਨੂੰ ਪ੍ਰਚਾਰਕ ਹੀ ਇਤਨੀ ਦਿਲਾ ਨੇ ਜਿ ਪਾਓਗੇ ਤੱਕ ਕਿਉਂ ਜਿ ਨਹੀਂ ਪਾਓਗੇ ਤੱਕ ਕਿਉਂ ਨਹੀਂ ਹੁਣ ਸਾਡਾ ਤੇ ਵੇਖੋ ਸਾਨੂੰ ਤੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਚਰਨ ਸਰਨ ਬਖਸ਼ਤੀ ਜੀ ਸਾਨੂੰ ਤੇ ਉਹ ਸਨਮਾਨ ਸਤਿਗੁਰਾਂ ਨੇ ਦੇ ਦਿੱਤਾ ਪਰ ਸਾਨੂੰ ਹੀ ਪਤਾ ਹੈ ਕਿੱਥੋਂ ਚੱਲੇ ਕਿਦਾਂ-ਕਿਦਾਂ ਗੁਰਦੁਆਰਿਆਂ ਵਿੱਚ ਕੈਸਾ-ਕੈਸੇ ਪ੍ਰਬੰਧ ਕਵੀਰਾਂ ਨਾਲ ਵਾਹ ਪੈਂਦਾ ਤੇ ਕੈਸੇ-ਕੈਸੇ ਲੋਕਾਂ ਨਾਲ ਰੋਜ਼ ਹਾਦਾ ਬਾਹ ਰੰਦਾ ਹੈ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਆਪਾਂ ਇਹਨਾਂ ਨਾਲ ਕਿਹੜੀ ਗੱਲ ਕਰਨੀ ਹੈ ਨਾ ਜੀ ਜਦੋਂ ਇਹ ਸਨਮਾਨ ਇਹਨਾਂ ਸਾਡੀ ਕੌਮ ਦੇ ਸਕੀ ਆਪਣੇ ਕੀਰਤੇ ਉਨੇ ਗੁਰੂ ਦੇ ਸ਼ਬਦ ਨੂੰ ਮੁੱਖ ਰੱਖ ਕੇ ਵੀ ਕੀਰਤਨੀਆਂ ਗੁਰੂ ਕਾ ਮੈਨੂੰ ਗੁਰੂ ਕਾ ਸ਼ਬਦ ਸੁਣਾ ਰਿਆ ਜੀ ਉਹ ਵਾਜੀ ਤੇ ਤੇ ਪੇਟਾ ਰੱਖੀ ਪਿਆਰ ਨਾਲ ਉਹ ਉਹ ਪੇਟਾ ਨਹੀਂ ਉਹ ਭਾਵਨਾ ਮੰਦ ਹੂੰ ਹੂੰ ਉਹਦੇ ਅੰਦਰ ਦੀ ਇੱਕ ਫੀਲਿੰਗ ਆ ਉਹ ਭਾਵਨਾ ਨੂੰ ਉਸ ਅਸੀਸ ਨੂੰ ਖੋਣਾ ਜਿਹੜਾ ਇਹ ਤੇ ਕਿਸੇ ਦੇ ਹੱਕ ਖੋਣ ਵਾਲੀ ਗੱਲ ਨਹੀਂ ਸਾਡੀ ਕੌਮ ਦੇ ਵਿਚ ਇਹ ਸ਼ੁਰੂ ਤੋਂ ਹੀ ਮਤਲਬ ਬਣੀ ਪਰੰਪਰਾ ਹੀ ਬਣ ਗਈ ਹੈ ਕਿ ਅਸੀਂ ਆਪਣੇ ਪ੍ਰਚਾਰਕ ਵਰਗ ਦਾ ਉਹ ਸਨਮਾਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤੇ ਯੂਐਸਚੀ ਚੈਨਲ ਬੇ ਹਾਂ ਚਰਨਜੀਤ ਕੋ ਯੂਕੇ ਤੋਂ ਅੱਜ ਅਸੀਂ ਮਿਲਨੇ ਆ ਸਾਡੇ ਨਾਲ ਬੜੇ ਸਤਿਕਾਰਯੋਗ ਸਾਡੇ ਭਾਈ ਸਾਹਿਬ ਜੀ ਬੜੇ ਹੀ ਉੱਚ ਕੋਟੀ ਦੇ ਰਾਗੀ ਸਹਿਬਾਨ ਜਿਸ ਅਸਥਾਨ ਦਾ ਨਾਮ ਲੈ ਕੇ ਮੂੰਹ ਇੱਕ ਵਾਰੀ ਸਤਨਾਮ ਵਾਹਿਗੁਰੂ ਨਿਕਲਦਾ ਹੈ ਤੇ ਜਿਹੜਾ ਅਸਥਾਨ ਦਾ ਨਾਮ ਸੁਣੀਏ ਤੇ ਮਨ ਤੇ ਤਨ ਠੰਡਾ ਸ਼ੀਤਲ ਹੋ ਜਾਂਦਾ ਹੈ ਢਿੱਥੇ ਸਭੇ ਥਾਵਾਂ ਨਹੀਂ ਤੋਂ ਦਿਜੀਹਾ ਉਸ ਪਾਵਨ ਅਸਥਾਨ ਤਨਤਨ ਗੁਰੂ ਰਾਮਦਾਸ ਜੀ ਦੀ ਨਗਰੀ ਤੋਂ ਅੱਜ ਸਾਡੇ ਕੋਲ ਭਾਈ ਬਲਵਿੰਦਰ ਸਿੰਘ ਜੀ ਪਹੁੰਚੇ ਹਨ ਇੱਥੇ ਆਪਾਂ ਇਹਨਾਂ ਦੇ ਨਾਲ ਸਵਾਗਤ ਕਰਦੇ ਹਾਂ ਅਤੇ ਇਹਨਾਂ ਦੇ ਨਾਲ ਥੋੜੀ ਬਹੁਤੀ ਵਿਚਾਰ ਸਾਂਝੀ ਕਰਦੇ ਹਾਂ ਸਭ ਤੋਂ ਪਹਿਲੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਲਵਿੰਦਰ ਸਿੰਘ ਜੀ ਗੁਰੂ ਪਰ ਰੱਖੀ ਹਾਂਜੀ ਤੁਹਾਡਾ ਨਿਗਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਯੂਐਸਏ ਚੈਨਲ ਤੇ ਸੋ ਇਸ ਵਾਸਤੇ ਪੰਜਾਬੀ ਵਿਰਾਸਤ ਚੈਨਲ ਦਾ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆਨਾ ਕਿ ਆਪ ਜੀ ਨੇ ਆਪਣੀ ਕੀਮਤੀ ਸਮਾਂ ਸਾਨੂੰ ਬਖਸ਼ਿਸ਼ ਕੀਤਾ ਸੋ ਆਪ ਜੀ ਯੂਕੇ ਦੇ ਟੂਰ ਤੇ ਇੱਥੇ ਆਏ ਹੋਏ ਹੋ ਤੇ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਕੁਝ ਬਚਨ ਸਾਡੀ ਸੰਗਤ ਦੇ ਨਾਲ ਸਾਡੇ ਈਵਰਸ ਦੇ ਨਾਲ ਸਾਂਝੇ ਕਰੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਹਿਮਾ ਤੇ ਆਗਾਦ ਬੋਧਿਆ ਜੀ ਉਹਦੀ ਮਹਿਮਾ ਨੂੰ ਤਾਂ ਦੁਨੀਆ ਦਾ ਹਰ ਇੱਕ ਸਿੱਖ ਜਾਣਦਾ ਜੀ ਤੇ ਉਹਨਾਂ ਦੀ ਮਹਿਮਾ ਨੂੰ ਵਰਣਨ ਕਰਦੇ ਭਗਤ ਸਾਹਿਬਾਨ ਜਿਹੜੇ ਪਟ ਸਾਹਿਬਾਨ ਨੇ ਉਬੜੇ ਪਿਆਰ ਵਿੱਚ ਆ ਕੇ ਕਹਿੰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਐਸੇ ਨਹੀਂ ਪਿ ਜਿਨ੍ਹਾਂ ਦਾ ਨਾਮ ਲਿਆ ਨੈਣਾਂ ਦਾ ਜਿਹੜਾ ਅੰਧੇਰਾ ਉਹ ਦੂਰ ਹੋ ਜਾਂਦਾ ਜੀ ਜੈ ਸਤਗੁਰ ਸਿਮਰੰਤ ਸਿਮਰੰਤ ਨੈਣ ਕੇ ਤਿਮਰ ਮਿਟਿਆ ਖਿਨ ਜੈ ਸਤਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੈ ਸਤਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੈ ਸਤਗੁਰ ਸਿਮਰੰਤ ਰਿੱਧ ਸਿਧ ਨਵ ਨਿਦ ਪਾਵੈ ਜੀ ਸੋਈ RAMDAS ਗੁਰ ਬਲਪਣ ਮਿਲ ਸੰਗਤ ਧਨ ਧਨ ਕਰੋ ਜੈ ਹੈ ਸਤਗੁਰ ਲਗ ਪ੍ਰਭ ਪਾਈਏ ਸੋ ਸਤਗੁਰ ਸਿਮਰੋ ਨਰੋ ਸੋ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਤੇ ਨਾਮ ਹੀ ਇੰਨਾ ਪਵਿੱਤਰ ਪਾਵਨ ਇੰਨਾ ਨਿਰਮਲ ਆ ਅੱਜ ਵੀ ਸੰਗਤਾਂ ਉਸੇ ਤਰ੍ਹਾਂ ਹੀ ਸਤਗੁਰੂ ਪਾਤਸ਼ਾਹ ਦੇ ਦਰ ਤੋਂ ਜੋ ਵੀ ਕਹੇ ਦੇ ਮਨ ਦੀ ਭਾਵਨਾ ਹਾਂ ਸ਼ਰਤੇ ਤੇ ਭਾਵਨਾ ਵਾਲਾ ਹੋਵੇ ਪਿਆਰ ਵਾਲਾ ਹੋਵੇ ਸ਼ਰਦਾ ਹਾਂ ਸ਼ੰਕਾ ਨਾ ਹੋਵੇ ਕਿ ਮਨ ਵਿੱਚ ਕੋਈ ਜਦ ਤੱਕ ਸ਼ੰਕਾ ਹੈ ਤਦ ਤੱਕ ਤੇ ਨਹੀਂ ਗੱਲ ਬਣਦੀ ਜੀ ਗੁਰੂ ਤੇ ਪ੍ਰੋਸਾ ਰੱਖਣ ਵਾਲਿਆਂ ਨੂੰ ਅੱਜ ਵੀ ਉੱਥੋਂ ਝੋਲੀਆਂ ਭਰਦੀਆਂ ਐ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਕੇ ਝੋਲੀਆਂ ਭਰ ਕੇ ਨਿਵਾਜ ਕੇ ਤੋਰਦੇ ਆ ਉੱਥੋਂ ਦੀ ਮਹਿਮਾ ਆਗਾਦ ਬੋਰੀ ਜਿਹੜੀ ਉੱਥੇ ਜਿਹੜੀ ਕੀਰਤਨੀ ਕੀਰਤਨ ਕਰਦੇ ਨੇ ਜਿਹੜੀ ਡਿਊਟੀਆਂ ਸੋਦਰ ਦੀ ਚੌਂਕੀ ਸ਼ਾਮ ਦੀ ਚੌਂਕੀ ਅੰਮ੍ਰਿਤ ਵੇਲੇ ਦੀ ਚੌਂਕੀਆਂ ਲੱਗਦੀਆਂ ਨੇ ਹਾਂਜੀ ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਮੇ ਤੋਂ ਹੀ ਲਗਾਤਾਰ ਉੰਜ ਚਲਦੀਆਂ ਪਈਆਂ ਨੇ ਜਾਂ ਇਦਾਂ ਵਿੱਚ ਇਹ ਚੌਂਕੀਆਂ ਵਾਲੀਆਂ ਜਿਹੜੀ ਜੰਨੀ ਪ੍ਰਥਾ ਇਹ ਪ੍ਰਾਤਨ ਸਮੇਂ ਤੋਂ ਹੀ ਚੱਲਦੀ ਆਉਂਦੀ ਆ ਹੂੰ ਹੂੰ ਉਸੇ ਸਮੇਂ ਤੋਂ ਹੀ ਸਮੇਂ ਇਹ ਚਾਰੀਆਂ ਚੌਂਕੀਆਂ ਬਣੀਆਂ ਹੋਈਆਂ ਆ ਜਿਆ ਐਸਾਈ ਵਾਰ ਦੀ ਚੌਂਕੀ ਹੋ ਗਈ ਬਲਾਵਲ ਦੀ ਚੌਂਕੀ ਹੋ ਗਈ ਹਨ ਫਿਰ ਚਰਨ ਕਮਲ ਦੀ ਚੌਂਕੀ ਹੋ ਗਈ ਰਸੋਦ ਰਸਾ ਜੀ ਵਾਲੀ ਚੌਂਕੀ ਆਰਤੀ ਦੀ ਚੌਂਕੀ ਹੋ ਗਈ ਜੀ ਇਹ ਸਾਰੀਆਂ ਚੌਂਕੀਆਂ ਉਸੇ ਤਰ੍ਹਾਂ ਹੀ ਹੂਬ ਹੂ ਚੱਲਦੀਆਂ ਆਉਂਦੀਆਂ ਜਿਵੇਂ ਜਿਵੇਂ ਸਤਿਗੁਰੂ ਜੀ ਦੇ ਵੇਲੇ ਤੋਂ ਬਰਜਾਤ ਚੱਲਦੀਆਂ ਹਾਂ ਜੀ ਜੀ ਬਿਲਕੁਲ ਉਸੇ ਤਰ੍ਹਾਂ ਚੱਲਦੀਆਂ ਹੁੰਦੀਆਂ ਤੇ ਜਦੋਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜਿਵੇਂ ਸਤਬਲਵੰਡ ਜੀ ਚਲੇ ਗਏ ਸੰਨ ਕਹਿੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਸਤਿਗੁਰਜੀ ਨੇ ਇਹ ਦਾਤ ਸੰਗਤੀ ਝੋਲੀ ਵਿੱਚ ਅਰਦਾਸ ਕਰਕੇ ਪਾਈ ਹਾਂਜੀ ਤੰਤੀ ਸਾਜਣ ਦੇ ਨਾਲ ਅੱਜ ਸਾਡੇ ਤੰਤੀ ਸਾਜ ਕਿਉਂ ਅਲੋਪ ਹੁੰਦੇ ਜਾ ਰਹੇ ਨੇ ਤੇ ਕਿਉਂ ਅਸੀਂ ਆਵਾਜ਼ਿਆਂ ਵਾਲ ਜਾਂ ਹੋਰ ਜਿਹੜੇ ਅਜੋਕੇ ਹਾਂਜੀ ਵਿਸ਼ਾ ਬੜਾ ਵਿਚਾਰ ਵਾਲਾ ਜੀ ਜੀ ਵੇਖੋ ਹਰ ਇੱਕ ਸਮੇਂ ਨਾਲ ਹਰ ਇੱਕ ਚੀਜ਼ ਡਿਵੈਲਪ ਹੁੰਦੀ ਹੈ ਇਹ ਵੀ ਗੱਲ ਵਿਚਾਰ ਵਨਿਆ ਸਮਾਂ ਆਉਂਦਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਕੀਰਤਨ ਰਵਾਭਨਾ ਸ਼ੁਰੂ ਕਰਦੇ ਆ ਜੀ ਰਵਾਭ ਨਾਲ ਕੀਤਨ ਆ ਜੀ ਨਾ ਤੇ ਕੋਈ ਦੂਸਰੇ ਟੋਲਕੀ ਨਾ ਤਬਲਾ ਸੀ ਨਾ ਨਾ ਮਿਰਦੰਗ ਸੀ ਸਮਾਂ ਚੇਂਜ ਹੁੰਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਵਿੱਚਤਰ ਵੀਣਾ ਵੀ ਵਜਾਈ ਤਬਲਾ ਵੀ ਵੱਜਿਆ ਹਾਂ ਹਾਂ ਜੀ ਮਿਰਦੰਗ ਵੀ ਵੱਜੀ ਸਮਾ ਬਦਲੀ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਰੰਗੀ ਲਿਆਉਂਦੇ ਨੇ ਢਾਡੀ ਪ੍ਰਸਾ ਸ਼ੁਰੂ ਕਰਦੇ ਹਨ ਹੂੰ ਫਿਰ ਸਮਾ ਜਿਉਂ-ਜਿਉਂ ਡਿਵੈਲਪ ਹੁੰਦਾ ਜਾਂਦਾ ਹੈ ਤਿਉਂ-ਤਿਉਂ ਫਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾ ਆਉਂਦਾ ਹੈ ਫਿਰ ਦਲਰਬਾਬ ਅਜਦੀ ਹੈ ਤੌਸ ਵੱਜਦੀ ਹੈ ਤਬਲਾ ਵੱਜਦਾ ਹੈ ਸਾਰਾ ਹੂੰ ਹੂੰ ਸਮੇ ਸਮੇ ਨਾਲ ਸਾਜ਼ ਸਾਰੇ ਐਡ ਹੁੰਦੇ ਹੀ ਆਏ ਆ ਨਹੀਂ ਅਸੀਂ ਮੰਨਜ਼ੂਰ ਕਰਦੇ ਹਾਂ ਕਿ ਸੇ ਸਾਜ਼ ਐਡ ਹੁੰਦੇ ਨੇ ਫਿਰ ਜਿਹੜੀ ਇੱਕ ਪ੍ਰਥਾ ਹੈ ਪ੍ਰਾਤਨ ਸਮੇਂ ਤੋਂ ਜਿਹੜੀ ਕਿ ਹਰ ਇੱਕ ਸਿਨਾਬਾਸੀਨਾ ਚੱਲ ਆ ਰਹੀ ਏ ਜਿਹੜੀ ਬਲਾਵਲ ਦੀ ਹੈਗੀ ਚੌਂਕੀ ਉਸ ਦੇ ਨਾਲ ਜਿਸ ਤਰ੍ਹਾਂ ਕਿ ਜਿਸਾ ਜਿਹੜੇ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ ਉਸੇ ਰਾਗ ਦੇ ਵਿੱਚ ਜਿਹੜੇ ਗਾਇਨ ਕਰਨ ਨਾਲ ਜੇ ਉਹ ਵੀ ਪ੍ਰਥਾ ਹੈਗੀ ਸੀ ਨਬਸੀਨਾ ਚੱਲ ਰਹੀ ਏ ਫਿਤੰਤੀ ਸਾਜ਼ਵੀ ਕਹਿੰਦੇ ਨੇ ਕਿ ਕਿਸੇ ਕੋਲ ਤੋਂ ਪੜਿਆ ਸੀਗਾ ਕਿ ਜਿਹੜੇ ਤੰਤੀ ਸਾਧਨਾਂ ਦੇ ਨਾਲ ਉਸੇ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ ਤੇ ਉਸੇ ਚੀਜ਼ ਨੂੰ ਵਜਾਈ ਜਾਵੇ ਉਸ ਦਾ ਰਸ ਅਲੱਗ ਦਾ ਹੁੰਦਾ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਨਾ ਵੀ ਸੀਨਾ ਬਸੀਨਾ ਜੀ ਕੀਰਤਨ ਉਹੀ ਰਿਹਾ ਜੀ ਪਰ ਸਾਜ਼ ਬਦਲਦੇ ਰਹੇ ਹੂੰ ਸਾਜ਼ ਬਦਲਦੇ ਰਹੇ ਸਮਾਂ ਵੇਖੋ ਮੈਂ ਜਿਹੜੀ ਪਹਿਲਾਂ ਗੀਤ ਕੀਤੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਰਬ ਨਾਲ ਸ਼ੁਰੂ ਕੀਤਾ ਸੀ ਕੀਰਤਨ ਜੀ ਬਿਲਕੁਲ ਤਾਂ ਕੀਤਾ ਸੀਗਾ ਹਾਂਜੀ ਗੁਰੂ ਅਰਜਨ ਸਾਹਿਬ ਜੀ ਦੇ ਤੱਕ ਆਉਂਦੇ ਆ ਮੈਂ ਤਾਂ ਬੇਨਤੀ ਕੀਤੀ ਨਾ ਵੀ ਤਬਲਾ ਵੀ ਆ ਗਿਆ ਹੂੰ ਚਿਤ੍ਰਬੀਣਾ ਵੀ ਵੱਜੀ ਸੋ ਗੁਰੂ ਗੋਬਿੰਦ ਸਿੰਘ ਮਾਰੇ ਤਉਸ ਆ ਗਿਆ ਐਡ ਹੁੰਦੇ ਗਿਆ ਨਾ ਸਾਰੇ ਸਾਰੇ ਬਿਲਕੁਲ ਐਡ ਹੁੰਦੇ ਗਏ ਸਮੇਂ ਨਾਲ ਇੱਕ ਸਮੇਂ ਦੇ ਹਿਸਾਬ ਨਾਲ ਉਹ ਜਿਹੜੀ ਚੀਜ਼ ਐਡ ਹੁੰਦੀ ਹੈ ਅੱਗੇ ਤੋਂ ਆ ਕੇ ਹੁਣ ਆਪਣੇ ਪ੍ਰਾਤਨ ਰਾਗੀ ਜਿਹੜੇ ਸਨ ਹੂੰ ਜਿਨ੍ਹਾਂ ਦੀ ਆਪਾਂ ਉਦਾਹਰਣਾਂ ਦਿੰਨੇ ਆ ਜੀ ਇਹ ਵਾਜੇ ਉਹਨਾਂ ਤੋਂ ਸ਼ੁਰੂ ਹੋਏ ਨਾ ਸਰੰਦਾ ਵੀ ਵਾਜਦਾ ਰਿਹਾ ਬਾਬਾ ਸ਼ਾਮ ਸਿੰਘ ਜੀ ਸਰੰਦੇ ਨਾਲ ਵੀ ਕੀਰਤਨ ਕਰਦੇ ਰਿਹਾ ਤੇ ਗੁਰੂ ਨਾਨਕ ਸਾਹਿਬ ਜੀ ਵਾਲੀ ਤਾਂ ਸਰੰਦਾ ਨਹੀਂ ਸੀ ਉਹਦੇ ਲੈ ਕੇ ਮਹਾਰਾਜ ਆਏ। ਬਾਬਾ ਸ਼ਾਮ ਸਿੰਘ ਜੀ ਸਰੰਦੇ ਨਾਲ ਕੀਰਤਨ ਕਰਦੇ ਰਹੇ ਹਰਮੰਦਰ ਸਾਹਿਬ ਜਿਨ੍ਹਾਂ ਨੇ 70 ਸਾਲ ਬਿਨਾਂ ਨਗਾ ਸਾਹੀ ਵਾਰ ਦਾ ਕੀਰਤਨ ਕੀਤਾ। ਹੂੰ। ਸੋ ਸਮੇਂ ਨਾਲ ਇਹ ਸਾਜ਼ ਜਿਹੜੇ ਆ ਨਾ ਐਡ ਹੁੰਦੇ ਹੀ ਆਏ ਆ। ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂ ਤ ਤੁਹਾਨੂੰ ਕੀਰਤਨ ਦੀ ਲੱ ਬਚਪਨ ਤੋਂ ਹੀ ਸੀ ਜਾਂ ਤੁਸੀਂ ਕਿਸ ਤੋਂ ਪ੍ਰੇਰਿਤ ਹੋਈ ਤੁਸੀਂ ਕਿਵੇਂ ਤੁਸੀਂ ਕਿਵੇਂ ਹਰਮੰਦਰ ਸਾਹਿਬਾਤ ਮਤਲਬ ਇੱਕ ਗੁਰੂ ਰਾਮਦਾਸ ਜੀ ਇੱਕ ਗੁਰੂ ਰਾਮਦਾਸ ਮਹਾਰਾਜ ਦੀਆਂ ਗਰੀਬਨ ਵਜੀਆਂ ਇਹ ਨੇ। ਜੀ। ਇਹ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕੀਰਤਨ ਦੀ ਜਿਹੜੀ ਦਾਤ ਹੈ ਨਾ ਇਹ ਹੈਗੀ ਆ ਭਗਤੀ ਹੈ ਤੇ ਇਹ ਸਤਿਗੁਰੂ ਹੀ ਦਿੰਦਾ ਹੂੰ ਕੀਰਤਨ ਜਦੋਂ ਉਹਦੀ ਰਹਿਮਤ ਹੁੰਦੀ ਹੈ ਮੇਰਾ ਪਹਿਲਾਂ ਤਾਂ ਕੋਈ ਇਸ ਬੰਨੇ ਵੈਸੇ ਨਹੀਂ ਸੀ ਵਿਚਾਰ ਹੈ ਨਾ ਬਚਪਨ ਤੋਂ ਪਰ ਹਾਂ ਸੁਣ ਸਰੋਤ ਜ਼ਰੂਰ ਸੀ ਸੁਣਦੇ ਬਹੁਤ ਸੀ ਉਦੋਂ ਪਾਸੇ ਪਿੰਡਾਂ ਵਿਚਾਰਾਂ ਨਾਲ ਸਾਡੇ ਪਿੰਡਾਂ ਵਿੱਚ ਕਿਉਂਕਿ ਕੀਰਤਨ ਦਾ ਕੋਈ ਕੋਈ ਪ੍ਰਵਾਹ ਨਹੀਂ ਸੀ ਸਾਡੇ ਢਾਡੀ ਪ੍ਰਥਾ ਸੀ ਜੀ ਕਿਉਂਕਿ ਅਸੀਂ ਪਿੰਡਾਂ 'ਚ ਰਹਿਣ ਵਾਲੇ ਆਂ ਉਤਿਹਾਸ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਕੀਰਤਨ ਨਾਲ ਬਹੁਤ ਕੀਰਤਨੀਆਂ ਮਤਲਬ ਸਾਡੇ ਇਲਾਕੇ 'ਚ ਕਈ ਐ ਤੇ ਵੀ ਮਤਲਬ ਨਾ ਮਮਕਨ ਕਹਿ ਲੀਏ ਜੋ ਹੈ ਨਹੀਂ ਸੀ ਕੋਈ ਵੀ ਕੀਰਤਨੀਆਂ ਪਰ ਚਲੋ ਸਮਾਂ ਜਿਉਂ-ਜਿਉਂ ਮਾਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ 10 ਵੀ ਪਹਿਲਾਂ ਖੰਨਪਾਠ ਕਰਦੇ ਹੁੰਦੇ ਸੀ ਪਿੰਡਾਂ ਵਿੱਚ ਆਪਾਂ ਜੀ ਉਹ ਫਿਰ ਕੀ ਹੋਇਆ ਜੀ ਇੱਕ ਘਰ ਵਿੱਚ ਖੰਨਪਾਠ ਸਾਹਿਬ ਕਰਨ ਗਿਆ ਉਮਰ ਮੇਰੀ ਛੋਟੀ ਸੀ ਉਦੋਂ ਤੋਂ ਪਾਠ ਕਰਨਾ ਪਰ ਉਹ ਆਨੰਦ 'ਚ ਕਰਨਾ ਜੀ ਪਤਾ ਨਹੀਂ ਸੀ ਵੀ ਹੁੰਦਾ ਵੀ ਕਿਹੜਾ ਰਾਗ ਆ ਕਿਹੜਾ ਕਿੱਦਾਂ ਕਿਉਂਕਿ ਰਾਗ ਤੋਂ ਬਿਨਾ ਤਾਂ ਕੋਈ ਚੀਜ਼ ਹੈ ਹੀ ਨਹੀਂ ਜੀ ਉਦੋਂ ਰਾਗਾਂ ਬਾਰੇ ਤਾਂ ਪਤਾ ਹੀ ਨਹੀਂ ਸੀ ਉਹ ਫਿਰ ਪਾਠ ਕਰਦਿਆਂ ਕਰਦਿਆਂ ਨਾ ਜੀ ਉੱਥੇ ਉਸ ਘਰ ਵਿੱਚ ਉਹਨਾਂ ਦੇ ਕੋਈ ਪਰੋਹਣੇ ਆਏ ਸਨ ਅੰਬਰਸਰ ਤੋਂ ਉਹ ਬਜ਼ੁਰਗ ਬਹਿ ਕੇ ਪਾਠ ਸੁਣਦੇ ਰਹੇ ਉਹਨਾਂ ਨੂੰ ਦੋ ਟਾਈਮ ਮਤਲਬ ਡਿਊਟੀ 'ਤੇ ਸੁਣਨੀ ਜਦੋਂ ਮੈਂ ਬੈਠਣਾ ਉਦੋਂ ਸੁਣਨੀ ਜਦੋਂ ਮੈਂ ਉੱਠ ਕੇ ਆਇਆ ਨਾ ਜੀ ਉਹ ਫਿਰ ਬੜੇ ਪਿਆਰ ਵਿੱਚ ਮੈਨੂੰ ਉਹਦੇ ਕਾਕਾ ਇੱਧਰ ਆ ਮੈਂ ਕਿਹਾ ਕਿਹ ਕਹਿੰਦੇ ਬੇਟਾ ਤੂੰ ਬੜਾ ਸੋਣਾ ਬਾੜ ਕਰ ਰਿਹਾ ਸੀ ਜੀ ਤੈਨੂੰ ਪਤਾ ਤੂੰ ਕਿਹੜੇ ਰਾਗ ਚ ਕਰ ਰਿਹਾ ਸੀ ਮੈਂ ਕਿਹਾ ਜੀ ਮੈਨੂੰ ਤਾਂ ਰਾਗ ਬਾਰੇ ਕੀ ਪਤਾ ਜੀ ਕਹਿੰਦੇ ਬੇਟਾ ਤੂੰ ਮਾਲ ਕੌਨ ਸਰ ਰਾਗ ਚ ਪੜ ਰਿਹਾ ਸੀ ਕਿਹਨ ਮੈਂ ਕਿਹਾ ਜੀ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਮੈਂ ਰਾਗਾਂ ਬਾਰੇ ਕੋਈ ਮੈਨੂੰ ਪਤਾ ਹੀ ਨਹੀਂ ਮੈਂ ਸਾਡੀ ਲੈਣ ਹੀ ਨਹੀਂ ਹੈਗੇ ਹੂੰ ਮੈਨੂੰ ਕਹਿਣ ਲੱਗੇ ਬੇਟਾ ਮੈਂ ਤੈਨੂੰ ਇੱਕ ਗੱਲ ਕਹਾਂ ਮੈਂ ਕਿਹਾ ਜੀ ਦੱਸੋ ਕਹਿੰਦੇ ਪੁੱਤਰ ਕੀਰਤਨ ਸਿੱਖ ਕਹਿੰਦੇ ਤੈਨੂੰ ਤੇਰੇ ਤੈਨੂੰ ਪ੍ਰਮਾਤਮਾ ਨੇ ਗਲਾ ਦਿੱਤਾ ਤੇ ਤੂੰ ਕੀਰਤਨ ਸਿੱਖ ਚਲੋ ਜੀ ਮੈਂ ਉਹਨੂੰ ਕਿਹਾ ਜੀ ਸਾਹਿਬ ਠੀਕ ਹੈ ਜੀ ਬਾਪੂ ਜੀ ਪਰ ਮੈਂ ਕੁਝ ਸਮਾਂ ਉਹਨਾਂ ਗੋਲਿਆ ਜਿੱਦਾਂ ਕਰ ਦਿੱਤਾ ਨਾ ਫਿਰ ਉਹ ਕਿਉਂਕਿ ਨਾ ਤਾਂ ਸੋਰਸ ਸਾਨੂੰ ਉਸ ਵੇਲੇ ਹੂੰ ਹੂੰ ਫਿਰ ਉਹ ਕਰੀਬਨ 2 ਕੁ ਮਹੀਨੇ ਬਾਅਦ ਮੈਨੂੰ ਫੇਰ ਮਿਲ ਪਏ ਤੇ ਮੈਨੂੰ ਇਹੀ ਸਵਾਲ ਕੀਤਾ ਪੁੱਤਰ ਸ਼ੁਰੂ ਕੀਤਾ ਕਿ ਨਹੀਂ ਹਾਲੇ ਹੂੰ ਮੈਂ ਕਿਹਾ ਜੀ ਮੈਂ ਸ਼ੁਰੂ ਨਹੀਂ ਕੀਤਾ ਮੈਂ ਕਰਦਾ ਜਦੋਂ ਦੂਸਰੀ ਵਾਰ ਜਦੋਂ ਮਿਲ ਕੇ ਉਹਨਾਂ ਨੇ ਕਿਹਾ ਫਿਰ ਮਹਿਰਬਾਨ ਚ ਥੋੜੀ ਥੋੜੀ ਵਿਚਾਰ ਜਿੱਦਾਂ ਸ਼ੁਰੂ ਹੋ ਜਾਂਦੀ ਹੈ ਨਾ ਜੀ ਫਿਰ ਸਾਨੂੰ ਇਹ ਬਜ਼ੁਰਗ ਕਹਿ ਰਹੇ ਇਹਦਾ ਕੋਈ ਮਤਲਬ ਹੋ ਸਕਦਾ ਹੂੰ ਉਹ ਫਿਰ ਇੱਕ ਸਾਡੇ ਭਾਈ ਸਾਹਿਬ ਹੈਗੇ ਨੇ ਭਾਈ ਜੈਮਲ ਸਿੰਘ ਜੀ ਉਹ ਆਰਮੀਜ਼ ਸਨ ਉਹ ਪਹਿਲਾਂ ਉਹ ਪੱਟ ਸਿੰਘ ਹੁੰਦੇ ਸੀ ਤੇ ਬਾਜ ਬਹੁਤ ਪਿਆਰੀ ਅੱਜ ਵੀ ਉਹ ਕੀਰਤਨ ਕਰਦੇ ਨੇ ਬਾਪੂ ਜੀ ਬਾਪੂ ਜਸਵੰਤ ਸਿੰਘ ਜੀ ਹੋਰਾਂ ਦੇ ਨਾਲ ਜੀ ਸੈਟ ਤੇ ਉਹ ਕੁਦਰਤੀ ਅਸੀਂ ਖੰਡਪੜ ਸਾਹਿਬ ਤੇ ਫੇਰ ਰਾਤ ਇਕੱਠੇ ਹੋ ਗਏ ਤੇ ਉਹ ਫੌਜੀ ਸਾਹਿਬ ਛੁੱਟੀ ਆਏ ਸੀ ਉਹਨਾਂ ਨੇ ਜਦੋਂ ਬਾਤ ਸੁਣਿਆ ਤੇ ਮੈਨੂੰ ਕਹਿਣ ਲੱਗੇ ਬ੍ਰਹਦਰ ਸਿੰਘ ਆ ਵਾਜਤਰੀ ਬੜੀ ਸੋਹਣੀ ਆ ਤੇ ਕਹਿੰਦੇ ਤੂੰ ਨਾ ਕੀਰਤਨ ਸਿੱਖ ਕਹਿੰਦੇ ਦੇਖ ਮੈਂ ਵੀ ਫੌਜ ਵਿੱਚ ਜਾ ਕੇ ਕੀਰਤਨ ਸਿੱਖਿਆ ਕਹਿੰਦੇ ਹੂੰ ਹੂੰ ਤੇ ਕਹਿੰਦੇ ਇਹ ਦਾਤ ਦਿਨ ਮਹਾਰਾਜ ਨੇ ਦੇਣੀ ਆ ਪਰ ਤੇਰੇ ਗਲੇ 'ਚ ਹੈਗੀ ਆ ਜਦੋਂ ਹੁਣ ਦੋ ਜਣਿਆਂ ਦਾ ਇਹ ਚੀਜ਼ ਵਿਚਾਰ ਆ ਆਗੇ ਹੂੰ ਹੂੰ ਫਿਰ ਮਨ 'ਚ ਇੱਕ ਚਾਹ ਪੈਦਾ ਹੋ ਗਿਆ ਵੀ ਜੇ ਕਹਿ ਰਹੇ ਨੇ ਤਾਂ ਕੋਈ ਮਤਲਬ ਆ ਫਿਰ ਉਹ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਤੁਸੀਂ ਮੈਨੂੰ ਸਿਖਾਓ ਉਹ ਕਹਿੰਦੇ ਕਿ ਚੱਲ ਮੈਂ ਤੇਨਾਂ ਪਹਿਲਾਂ ਵਾਜਾ ਲੈ ਕੇ ਆਉਣਾ ਤੇ ਫਿਰ ਤੈਨੂੰ ਕਹਿੰਦੇ ਮੈਂ ਤੋਰਦਾ ਅੱਗੇ ਜੀ ਫਿਰ ਉਹ ਕਹਿੰਦੇ ਮੈਂ ਤੇ ਚੱਲ ਜਾਣਾ ਵਾਪਸ ਤੂੰ ਹੀ ਫਿਰ ਸ਼ੁਰੂਆਤ ਕਰੋ ਜਿੱਤੇ ਲਗਾਤਾਰ ਸਿੱਖ ਸਕੋ ਜੀ ਇਹ ਸਾਰੀ ਜਿੱਦਾਂ ਮਹਾਰੇ ਨੇ ਉਹ ਜਰੀਆ ਬਣਾਏ ਦੋ ਗੁਰਮੁਖ ਪਿਆਰੇ ਹੂੰ ਹੂੰ ਤੇ ਉਹਨਾਂ ਦੇ ਕਰਕੇ ਫਿਰ ਜਿਉਂ-ਜਿਉਂ ਚੱਲੇ ਫਿਰ ਚੱਲਦੇ 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 ਆ ਫਿਰ ਅੱਗੇ ਤੋਂ ਅੱਗੇ ਬਾਹ ਫੜਦੇ ਜਾਂਦੇ ਨਾ ਕਿੰਨਾ ਸਮਾਂ ਹੋ ਗਿਆ ਆਪ ਜੀ ਨੂੰ ਹੁਣ ਆਪ ਜੀ ਕੀ ਤਨ ਕਰ ਰਹੇ ਹੋ ਮੈਨੂੰ ਹੁਣ ਕਰੀਬਨ ਹੋ ਗਿਆ ਜੀ ਕਰੀਬਨ ਕਰੀਬਨ 829 ਸਾਲ ਹੋ ਗਏ ਜੀ 829 ਸਾਲ ਹਾਂ ਜੀ ਅੱਛੀ ਕ ਹੋਰ ਗੱਲ ਜਿਹੜੀ ਅੱਜ ਕੱਲ کافی ਚਰਚਾ ਚ ਵੀ ਚੱਲ ਰਹੀ ਹੈ ਕਿ ਜਿਹੜੇ ਰਾਗੀ ਸਹਿਬਾਨ ਨੇ ਕਥਾਵਾਚਕ ਨੇ ਪ੍ਰਚਾਰਕ ਨੇ ਆਪਣੇ ਬੱਚੇ ਨੂੰ ਪ੍ਰਚਾਰਕ ਨਹੀਂ ਬਣਾ ਰਹੇ ਨੇ ਮੈਂ ਪੁੱਛਣਾ ਚਾਹਾਂਗੀ ਕਿ ਆਪ ਜੀ ਜਾਂ ਸਾਡੇ ਜਿਹੜੇ ਸੁਣਦੇ ਨੇ ਦਰਸ਼ਕ ਨੇ ਸੰਗਤਾਂ ਨੇ ਐ ਵੀ ਉਸ ਚੀਜ਼ ਕਿ ਆਪ ਜੀ ਆਪਣੇ ਬੱਚੇ ਨੂੰ ਪ੍ਰਚਾਰਕ ਕਿੰਨੇ ਦਿਲਾਉਣੇ ਚ ਪਾਓਗੇ ਜੇ ਪਾਓਗੇ ਤਾਂ ਕਿਉਂ ਜੇ ਨਹੀਂ ਪਾਓਗੇ ਤਾਂ ਕਿਉਂ ਨਹੀਂ ਇਹ ਦੇਖੀ ਇਹ ਬਹੁਤ ਵਾਜਿਬ ਸਵਾਲ ਕੀਤਾ ਤੁਸੀਂ ਜੀ ਇਹ ਨਾ ਸਾਡਾ ਦੁਖਾਂਤ ਕਹਿ ਲਈ ਜੀ ਸਾਡੀ ਕੌਮ ਦੇ ਵਿੱਚ ਇਹ ਸ਼ੁਰੂ ਤੋਂ ਇਹ ਮਤਲਬ ਬਣੀ ਪਰੰਪਰਾ ਹੀ ਬਣ ਗਈ ਹੈ ਵੀ ਅਸੀਂ ਆਪਣੇ ਪ੍ਰਚਾਰਕ ਵਰਗ ਦਾ ਉਹ ਸਨਮਾਨ ਨਹੀਂ ਕਰ ਸਕੇ ਜਿੰਨੀ ਉਹ ਮਿਹਨਤ ਕਰਨੀ ਪੈਂਦੀ ਹ ਹ ਹ ਹਰ ਇੱਕ ਬੰਦੇ ਜਿੰਨਾ ਕਾਮ ਲੋਕ ਪੜੇ ਉਹਨੇ ਕ ਰਾਗੀ ਸਿੰਘ ਪੜੇ ਤੇ ਪਹਿਲਾ ਸਕੂਲ ਆ ਉਸ ਤੋਂ ਬਾਅਦ ਉਹ ਕਾਲਜਾਂ ਚ ਜਾਂ ਪੜਦੇ ਆ ਵਿਦਿਆਲਿਆਂ ਚ ਪੜਦੇ ਆ ਉਸ ਤੋਂ ਬਾਅਦ ਫਿਰ ਪ੍ਰਾਈਵੇਟ ਗੁਰਦੁਆਰਿਆਂ ਚ ਕਿੰਨਾ ਕਿੰਨਾ ਚਿਰ ਡਿਊਟੀ ਕਰਦੇ ਨੇ ਹਨਾ ਤਜਰਬਾ ਉਹਨਾਂ ਦਾ ਕਿਉਂਕਿ ਜਿੱਥੇ ਜਾਂਦੇ ਉੱਥੇ ਸਭ ਤੋਂ ਪਹਿਲਾ ਹੀ ਸਵਾਲ ਹੁੰਦਾ ਜੀ ਤੁਹਾਡਾ ਤਜਰਬਾ ਕੀ ਆ ਜੀ ਹੁਣ ਇੰਨੀ ਮਿਹਨਤ ਕਰਨ ਤੋਂ ਬਾਅਦ ਫਿਰ ਵੀ ਉਹ ਮਿਹਨਤ ਰੁਕਦੀ ਨਹੀਂ ਉਹਦੀ ਪੜ੍ਹਾਈ ਹਮੇਸ਼ਾ ਜਾਰੀ ਰਹਿੰਦੀ ਆ ਹਮ ਹਮ ਸਾਨੂੰ ਵੀ ਅੱਜ ਵੀ ਸਿੱਖਣਾ ਪੈਂਦਾ ਹੈ ਅੱਜ ਵੀ ਅਸੀਂ ਸਾਡੇ ਸਤਿਕਾਰਯੋਗ ਉਸਤਾਦ ਜੀ ਨੇ ਪ੍ਰਿੰਸੀਪਲ ਸੁਖਮント ਸਿੰਘ ਜੀ ਹੋਰਾਂ ਕੋਲ ਜੀ ਆਪਾਂ ਅੱਜ ਵੀ ਜਦੋਂ ਸਮਾਂ ਮਿਲੇ ਤਾਂ ਉਹਨਾਂ ਕੋਲ ਕਲਾਸ ਉਹਨਾਂ ਕੋਲ ਸਲੈਸ਼ਨ ਲਈਦਾ ਹਨ ਸਾਡਾ ਦੁਖਾਂ ਤੇ ਇਹ ਰਿਹਾ ਜੀ ਵੀ ਇਹ ਪਦਵੀ ਬੜੀ ਉੱਚੀ ਸਨਮਾਨਯੋਗ ਸੀ ਹਮ ਹਮ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖੀ ਦੀ ਅਰੰਭਤਾ ਕਰਦੇ ਜੀ ਪਹਿਲਾ ਸਾਥੀ ਜਿਹੜਾ ਚੁਣਦੇ ਨੇ ਉਹ ਪਹਿਲਾ ਸਾਥੀ ਚੋਣ ਕਰਦੇ ਨੇ ਭਾਈ ਮਰਦਾਨਾ ਜੀ ਕੀਰਤਨੀਆਂ ਨੇ ਹਮ ਹਮ ਤੇ ਗੁਰੂ ਨਾਨਕ ਸਾਹਿਬ ਆਪ ਕੀਰਤਨ ਕਰਦੇ ਆ। ਇਹ ਪਦ ਮਤਲਬ ਉਸ ਉਦੋਂ ਤੋਂ ਪਹਿਲਾਂ ਸਾਥੀ ਕੀਰਤਨ ਨੂੰ ਚੁਣਿਆ ਮਾਰੇ ਨੇ। ਜੀ। ਔਰ ਦੁਨੀਆਂ ਦੇ ਲੋਕਾਂ ਨੂੰ ਆਖਿਆ ਵੀ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਾ ਪੁਕਾਰ। ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮੱਧ ਕੀਰਤਨ ਗਾਵੇ ਕੀਰਤਨ ਏਡੀ ਮਹਾਨ ਇਸ ਯੁਗ ਦੀ ਭਗਤੀ ਆ ਜਿਹੜੀ ਸਾਨੂੰ ਪ੍ਰਮਾਤਮਾ ਨਾਲ ਜੋੜਦੀ ਜਿਹੜੀ ਸਾਡੀ ਸੁਰਤ ਦੀ ਉਡਾਰੀ ਲਾਉਂਦੀ ਆ। ਹੂੰ। ਉਸ ਭਾਵ ਵਿੱਚ ਲੈ ਜਾਂਦੀ ਸਾਨੂੰ। ਜੀ। ਹੁਣ ਇੰਨੀ ਜਦੋਂ ਮਿਹਨਤ ਕਰਦਾ ਹੈ ਕੀਰਤਨੀਆਂ ਉਹਦਾ ਸਨਮਾਨ ਕੀ ਅੱਜ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਸਭ ਨੂੰ ਪਤਾ ਅੱਜ ਉਹਦਾ ਦਰਜਾ ਕਿੱਥੇ ਚਲਾ ਗਿਆ ਉਹ ਕਈ ਵਾਰੀ ਫਿਰ ਅਸੀਂ ਤਾਂ ਨਹੀਂ ਸੋਚਦੇ ਹਮਮ ਪਰ ਸਾਡੇ ਬੱਚੇ ਤਾਂ ਸਭ ਕੁਝ ਵੇਖਦੇ ਆ ਵੀ ਹੁਣ ਸਾਡਾ ਤੇ ਵੇਖੋ ਸਾਨੂੰ ਤੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਚਰਨ ਸਾਰਨ ਬਖਸ਼ਤੀ ਜੀ ਸਾਨੂੰ ਤੇ ਉਹ ਸਨਮਾਨ ਸਤਗੁਰਾਂ ਨੇ ਦੇ ਦਿੱਤਾ ਹਮਮ ਪਰ ਸਾਨੂੰ ਹੀ ਪਤਾ ਹੀ ਕਿੱਥੋਂ ਚੱਲੇ ਕਿਦਾਂ-ਕਿਦਾਂ ਗੁਰਦੁਆਰਿਆਂ ਵਿੱਚ ਕੈਸਾ-ਕੈਸੇ ਪ੍ਰਬੰਧ ਕਵੀਰਾਂ ਨਾਲ ਵਾਹ ਪੈਂਦਾ ਤੇ ਕੈਸੇ-ਕੈਸੇ ਲੋਕਾਂ ਨਾਲ ਰੋਜ਼ ਸਾਡਾ ਵਾਹ ਰਹਿੰਦਾ ਹੈ ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਆਪਾਂ ਇਹਨਾਂ ਨਾਲ ਕਿਹੜੀ ਗੱਲ ਕਰਨੀ ਹੈ ਨਾ ਜੀ ਉਹ ਜਦੋਂ ਇਹ ਸਨਮਾਨ ਇਹਨਾਂ ਸਾਡੀ ਕੌਮ ਦੇ ਸਕੇ ਆਪਣੇ ਕੀਰਤਨੀਆਂ ਨੂੰ ਅੱਜ ਸੁਣੋ ਅੱਜ ਇੱਕ ਗਾਇਕਾ ਨੂੰ ਤਾਂ 골ਡ ਮੈਡਲ ਪਾਉਨੇ ਆਪਾਂ ਜੀ ਆਪਾਂ ਕਹਿੰਦੇ ਜਿਉਂ ਨੇ ਬੜੀ ਮਿਹਨਤ ਕੀਤੀ ਕੀ ਕੀਰਤਨੀਆਂ ਨੇ ਮਿਹਨਤ ਨਹੀਂ ਕੀਤੀ। ਇਹ ਕਥਾਵਾਚਕ ਨੇ ਮਿਹਨਤ ਨਹੀਂ ਕੀਤੀ। ਮੈਨੂੰ ਮਾਫ ਕਰਿਓ ਜਿਹੜੇ ਵੱਡੇ ਵੱਡੇ ਸਿੱਖ ਸੁਧਵਾਉਣ ਵਾਲੇ ਉਹ ਗਾਇਕਾਂ ਦੇ ਅੱਗੇ ਟਿਕਟਾਂ ਲੈ ਕੇ ਖਰੀਦ ਕੇ ਬੈਠੇ ਹੁੰਦੇ ਆ। ਬੈਠੇ ਹੁੰਦੇ ਨਾ। ਜੀ। ਪਰਿਵਾਰਾਂ ਸਮੇਤ ਜਾਂਦੇ ਆ। ਹਮ ਹਮ। ਉੱਥੇ 100 100 2 1.5 150 ਦੀ ਪਾਉਂਡ ਦੀ ਟਿਕਟ ਲੈ ਕੇ ਤੇ ਫਿਰ ਸ਼ੋਅ ਵੇਖਣ ਜਾਂਦੇ ਆ ਹਨਾ। ਫਿਰ ਉਹਨਾਂ ਨੂੰ ਕਿੰਨਾ ਪ੍ਰਮੋਟ ਕਰ ਹੀ ਨਹੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਬਹੁਤ ਸ਼ੀ ਗੱਲ ਹੈ ਉਹਨਾਂ ਨੇ ਵੀ ਆਪਣੇ ਫੀਲਡ ਵਿੱਚ ਮਿਹਨਤ ਕੀਤੀ ਹੈ ਜਿਹੜਾ ਗਾਇਕ ਆ ਚਾਹੇ ਕੋਈ ਵੀ ਉਹਦੀ ਮਿਹਨਤ ਆ ਜੀ ਉਹਨਾਂ ਨੂੰ ਤਾਂ ਸਨਮਾਨ ਦੇ ਲਿਆ ਹਨ ਜਦੋਂ ਕੀਰਤਨੀਆਂ ਦੀ ਵਾਰੀ ਆਉਂਦੀ ਹੈ ਤੇ ਕੀਰਤਨੀਆਂ ਨੂੰ ਭੇਟਾ ਦੇਣ ਲੱਗਿਆਂ ਵੀ ਅਸੀਂ ਰੋਂਦੇ ਹੀ ਦਿਖੇ ਬਹੁਤ ਵਿਰਲੇ ਜਿਹੜੇ ਕੋਈ ਪਿਆਰ ਨਾਲ ਕੋਈ ਭੇਟਾ ਦਿੰਦਾ ਹੋਊਗਾ ਹਨ ਜੀ ਕੀਰਤਨੀ ਦੇ ਭੇਟਾ ਵਰੀ ਆਣ ਕੇ ਕਹਿੰਦੇ ਨਾ 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 ਇਹ ਸਾਡੇ ਨਹੀਂ ਜੀ ਅਸੀਂ ਨਹੀਂ ਦੇਨੇ ਕੀਰਤਨੀ ਨੂੰ ਕੀ ਸਨਮਾਨ ਦਿੱਤਾ ਸੀ ਕੀ ਉਹਦੀ ਮਿਹਨਤ ਨਹੀਂ ਉਹਦੀ ਮਿਹਨਤ ਤਾਂ ਸਦਾ ਚੱਲਦੀ ਹੈ ਫਿਰ ਉਹਨੇ ਤੁਹਾਨੂੰ ਗੁਰੂ ਕੀ ਬਾਣੀ ਸੁਣਾਉਣੀ ਹੈ ਉਹਨੇ ਉਹਨੇ ਨਿਤ ਨਵੀ ਕੋ ਨਵੇਂ ਧਨ ਪੈਦਾ ਕਰਨੀ ਆ ਉਹ ਸ਼ਬਦ ਨੂੰ ਯਾਦ ਕਰਨਾ ਹੈ ਹਾਂਜੀ ਹੁਣ ਜਿੱਥੇ ਆਣ ਕੇ ਇੱਥੇ ਗੱਲ ਹੁੰਦੀ ਆ ਆਪਾਂ ਕਿੰਨਾ ਕੁ ਸਨਮਾਨ ਅੱਜ ਕੀਤਾ ਜਿ ਆਪਾਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਹੋਂ ਦੀ ਜੀ ਵਰਸੀ ਮਨਾ ਰਹੇ ਹਣਾ ਯਾਦ ਮਨਾ ਰਹੇ ਹੂੰ ਹੂੰ ਭਾਈ ਨਿਰਮਲ ਸਿੰਘ ਜੀ ਨੂੰ ਸਾਡੀ ਕੌਮ ਨੇ ਕੀ ਸਨਮਾਨ ਦਿੱਤਾ ਸੋਚਣ ਵਾਲਾ ਵਿਸ਼ਾ ਬਿਲਕੁਲ ਹੁਣ ਅਸੀਂ ਤਾਂ ਇਹ ਕੰਮ ਹੈਗਾ جنੂਨ ਦਾ ਹੂੰ ਹੂੰ ਇਹ ਵੀ ਇੱਕ ਰਮਾਰਗ ਜਿਹੜਾ ਨਾ ਇਹ ਜਨੂਨੀ ਮਾਰ ਗਿਆ ਹੁਣ ਸਾਨੂੰ ਪਤਾ ਹੈ ਸਤਿਗੁਰੂ ਨੇ ਮਿਹਰ ਕੀਤੀ ਅਸੀਂ ਤਾਂ ਇੱਕ ਅੰਦਰ ਸਤਿਗੁਰੂ ਸੱਚੇ ਪਾਸ਼ਾ ਨੂੰ ਅਰਦਾਸ ਕਰਕੇ ਉਹਦੇ ਕੋਲ ਦਾਤ ਲਈ ਜੀ ਅਸੀਂ ਤਾਂ ਉਹ ਮਾਨ ਸਨਮਾਨ ਮਿਲਿਆ ਨਾ ਮਿਲਿਆ ਕੋਈ ਅਸੀਂ ਤਾਂ ਉਹ ਮਾਰਗ ਤੇ ਚੱਲ ਗਏ ਹੈਨਾ ਤੇ ਸਾਨੂੰ ਗੁਰੂ ਅਮਰਦਾਸ ਨੇ ਸਾਡੀ ਬਾਹ ਮੀ ਫੜੀ ਤੇ ਅੱਜ ਸੰਗਤ ਸਾਡਾ ਮਾਨ ਸਨਮਾਨ ਵੀ ਕਰਦੀ ਹੈ ਪਰ ਜਿਹੜਾ ਪਿਛਲੇ ਬੰਨੇ ਅਸੀਂ ਪੀਰੀਅਡ ਦੇਖਦੇ ਆ ਆਪਣੇ ਜੀਵਨ ਦਾ ਹਾਂ ਹਾਂਜੀ ਉਹ ਜਦੋਂ ਇੱਧਰ ਬਾਹਰ ਅੰਦਰ ਵਿੱਚ ਵਿਚਰਦੇ ਆ ਅਸੀਂ ਕਮੇਟੀਆਂ ਚ ਰਾਗੀ ਸਿੰਘਾਂ ਦਾ ਜਾਂ ਪ੍ਰਚਾਰਕਾਂ ਦਾ ਗਰੰਤੀ ਸਿੰਘਾਂ ਦਾ ਹਾਲਾਤ ਵੇਖਦੇ ਉਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਅਸੀਂ ਤਾਂ ਕੋਈ ਗੱਲ ਨਹੀਂ ਕਰਾਂਗੇ ਪਰ ਬੱਚੇ ਵੀ ਵੇਖਦੇ ਬੱਚੇ ਇਸ ਗੱਲ ਨੂੰ ਇਸ ਗੱਲ ਤੋਂ ਇਨਕਾਰੀ ਹੁੰਦੇ ਜਾਂਦੇ ਆ ਵੀ ਇਹ ਇਹਨਾਂ ਦਾ ਸਨਮਾਨ ਕੀ ਦੂਸਰੀ ਗੱਲ ਕਿਸੇ ਪ੍ਰਬੰਧਕ ਦਾ ਅੱਜ ਬੱਚਾ ਕਿਉਂ ਨਹੀਂ ਪ੍ਰਗਰੰਤੀ ਪ੍ਰਚਾਰਕ ਰਾਗੀ ਬਣਦਾ ਕੀ ਕਾਰਨ ਹੋ ਸਕਦੇ ਨੇ ਇਹਦਾ ਦੇ ਕਾਰਨ ਇਹੀ ਹੈ ਕਿਉਂਕਿ ਉਹਨਾਂ ਦੇ ਬੱਚੇ ਵੀ ਦੇਖਦੇ ਇਹਨਾਂ ਦਾ ਹਸ਼ਰਕੀ ਐ ਕਮੇਟੀਆਂ ਚ ਹਾਂ ਹਾਂ ਅੱਜ ਅੱਜ ਇੱਕ ਬੱਚਾ ਗਾਇਕੀ ਵਾਲ ਕਿਉਂ ਭਜਦਾ ਹੈ ਕਿਉਂਕਿ ਗਾਇਕੀ ਵਾਲ ਨੂੰ ਸਨਮਾਨ ਵੀ ਮਿਲਦਾ ਉਹਨੂੰ ਪੈਸਾ ਮਿਲਦਾ ਉਹਨੂੰ ਸਭ ਕੁਝ ਮਿਲਦਾ ਸਭ ਕੁਝ ਉਹਨੂੰ ਮਿਲਦਾ ਹਾਂਜੀ ਤੇ ਜਿਹੜੇ ਸਾਨੂੰ ਟੋਕਣ ਵਾਲੇ ਦਇਮ ਦਿਆਨ ਕੇ ਉਹ ਉੱਥੇ ਹੱਥ ਜੁੜ ਜੁੜ ਕੇ ਉਹਨਾਂ ਦਾ ਫੋਟੋ ਲਵਾਉਂਦੇ ਹੁੰਦੇ ਇੱਥੇ ਇੱਕ ਗੱਲ ਹੋਰ ਪੁੱਛਣੀ ਚਾਹਾਂਗੀ ਤੁਹਾਡੇ ਨਾਲ ਗੱਲ ਚ ਗੱਲ ਨਿਕਲੀ ਹੈ ਜਿੱਦਾਂ ਕਿ ਇੱਥੇ ਆਪਾਂ ਯੂਕੇ ਵਿੱਚ ਹੈਗੇ ਆਂ ਯੂਕੇ ਆ ਦੇ ਬਹੁਤਾਂ ਗੁਰਦੁਆਰਿਆਂ ਵਿੱਚ ਕੀਰਤਨ ਪੇਟਾ ਜਿਹੜੀ ਸਟੇਜ 'ਤੇ ਖਰਾਗੀਆਂ ਵਾਂਸੀ ਰੱਖੀ ਜਾਂਦੀ ਏ ਉਹ ਚੁੱਕ ਲੈਂਦੇ ਨੇ ਤੁਸੀਂ ਉਹਨਾਂ ਨੂੰ ਕੀ ਸੁਣਾਇਆ ਦਿਓਗੇ ਕਿਉਂਕਿ ਜਿਹੜੀ ਪਰਿਵਾਰ ਵਾਲੇ ਦਿਨ-ਦਿਨੇ ਹੁਣ ਤੁਸੀਂ ਸਹੀ ਗੱਲ ਤੇ ਆਏ ਇੱਥੇ ਹੀ ਗਰਬੜ ਹੋ ਜੀ ਜਿਹੜੀ ਕੀਰਤਨ ਭੇਟ ਵਾਜੇ ਤੇ ਆਉਂਦੀ ਐ ਨਾ ਜੀ ਉਹਨੂੰ ਪੈਸਾ ਨਾ ਗਿਣੋ ਕੁ ਸੰਗਤਾਂ ਦੀਆਂ ਭਾਵਨਾਵਾਂ ਨੇ ਅਸੀਸਾਂ ਹੁੰਦੀਆਂ ਹੂੰ ਹੂੰ ਤੇ ਕਿਸੇ ਨੂੰ ਅਧਿਕਾਰ ਹੈ ਵੀ ਉਹ ਕਿਸੇ ਦੀ ਅਸੀਸ ਖੋਲੇ ਖੋ ਸਕਦਾ ਕੋਈ ਹੁਣ ਸੰਗਤ ਨੇ ਜਿਹੜਾ ਗੁਰਦੁਆਰੇ ਨੂੰ ਦੇਣਾ ਨਾ ਜੀ ਸੰਗਤ ਸਾਹਿਬ ਦਾ ਸਤਿਕਾਰ ਕਰਦੀ ਉਹਨੇ ਗੁਰਦੁਆਰੇ ਦੀ ਬਿਲਡਿੰਗ ਫੰਡ ਵਾਸਤੇ ਗੋਲਕ ਚ ਪਾਇ ਜੀ ਉਨੇ ਗੁਰੂ ਕੇ ਸ਼ਬਦ ਨੂੰ ਮੁੱਖ ਰੱਖ ਕੇ ਵੀ ਕੀਰਤਨੀਆਂ ਗੁਰੂ ਕਾ ਮੈਨੂੰ ਗੁਰੂ ਕਾ ਸ਼ਬਦ ਸੁਣਾ ਰਿਆ ਜੀ ਤੇ ਉਹ ਉਹ ਵਾਜੇ ਦੇ ਉੱਤੇ ਪੇਟਾ ਰੱਖੀ ਪਿਆਰ ਨਾਲ ਉਹ ਉਹ ਪੇਟਾ ਨਹੀਂ ਉਹ ਭਾਵਨਾਵਾਂ ਹੁੰਦੀਆਂ ਹੂੰ ਹੂੰ ਉਹਦੇ ਅੰਦਰ ਦੀ ਇੱਕ ਫੀਲਿੰਗ ਆ ਉਹ ਭਾਵਨਾ ਨੂੰ ਉਸ ਅਸੀਸ ਨੂੰ ਖੋਣਾ ਜਿਹੜਾ ਇਹ ਤੇ ਕਿਸੇ ਦੇ ਹੱਕ ਖੋਣ ਵਾਲੀ ਗੱਲ ਹੁੰਦੀ ਹੈ ਤੇ ਬਾਣੀ ਨੇ ਆਖਿਆ ਹੱਕ ਭਰਾਇਆ ਨਾਨਕਾ ਉਸੁਰ ਸੁਗਾਏ ਹੈਨਾ ਹੱਕ ਖੋਣ ਵਾਲੇ ਨੂੰ ਤੇ ਮਾਰੇ ਨੇ ਮਾੜੇ ਬੜਾ ਕਿਆ ਹੁਣ ਮੈਂ ਇਹ ਬੇਨਤੀ ਕਰਦਾ ਆ ਜਿੰਨੇ ਵੀ ਪ੍ਰਬੰਧਕ ਵੀਰ ਨੇ ਵੀ ਗੁਰੂ ਪਿਆਰਿਓ ਸਾਡੀ ਕੌਮ ਦਾ ਜਿਹੜਾ ਪ੍ਰਸਾਰਿਆ ਨਾ ਉਹ ਪ੍ਰਚਾਰ ਨਾਲ ਹੀ ਹੋਣਾ। ਜਾਂ ਤਾਂ ਫਿਰ ਆਪਣੇ ਬੱਚੇ ਇਸ ਲਾਈਨ 'ਚ ਪਾਓ। ਨਾਲੇ ਪਤਾ ਵੀ ਲੱਗ ਜਾਂਦਾ ਨਾ ਫਿਰ ਇਹ ਮਾਰਗ ਕਿਹੋ ਜਿਹਾ ਕਿੰਨਾ ਕੁ ਸੁਖਾਲਾ ਤੇ ਕਿੰਨਾ ਕੁ ਔਖਾ। ਔਖਾ ਨਾ। ਇਸ ਮਾਰਗ ਤੇ ਚਲਾਓ ਬੱਚਿਆਂ ਨੂੰ ਆਪਣੇਆਂ ਨੂੰ। ਸਾਨੂੰ ਵੀ ਖੁਸ਼ੀ ਹੋਏਗੀ। ਪਰ ਜਦੋਂ ਅਸੀਂ ਇਸ ਮਾਰਗ ਤੇ ਆਪਣਾ ਬੱਚਾ ਤੇ ਕੋਈ ਚਲਾ ਨਹੀਂ ਸਕਦੇ ਜਿਹੜੇ ਚੱਲਦੇ ਆ ਉਹਨਾਂ ਦਾ ਕਿਉਂ ਨਹੀਂ ਸਨਮਾਨ ਕਰਦੇ ਅਸੀਂ ਇਹ ਇਸ ਅਸਲ ਵਿੱਚ ਅਸੀਂ ਸਮਝ ਹੀ ਨਹੀਂ ਸਕੇ ਗੁਰਦੁਆਰੇ ਸਾਡੇ ਸਕੂਲ ਸਨ ਤੇ ਜਿਸ ਸਕੂਲ ਵਿੱਚ ਟੀਚਰ ਦਾ ਸਨਮਾਨ ਨਾ ਹੋਵੇ ਉੱਥੇ ਪੜਾਈ ਨਹੀਂ ਜੀ ਹੋ ਸਕਦੀ ਇਹ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ ਵੀ ਇਹ ਸਾਡੇ ਸਕੂਲ ਨੇ ਸਕੂਲ ਤੇ ਭਾਵੇਂ ਸੋਨਾ ਲਾ ਦਿਓ ਪਰ ਜੇ ਪੜਾਉਣ ਵਾਲਾ ਟੀਚਰ ਮਨ ਕਰਕੇ ਖੁਸ਼ ਨਹੀਂ ਨਾ ਗੱਲ ਨਹੀਂ ਬਣਦੀ ਤਾਂ ਜੇ ਭਾਵੇਂ ਕੱਖਾਂ ਦੀ ਛਣ ਵਿੱਚ ਸਕੂਲ ਚੱਲਦਾ ਪਰ ਜੇ ਦਾ ਟੀਚਰ ਖੁਸ਼ ਹੈ ਨਾ ਉਹਦੇ ਬੱਚੇ ਵੀ ਡਿਗਰੀਆਂ ਕਰ ਜਾਂਦੇ ਸੋ ਇਹ ਜ਼ਰੂਰੀ ਆ ਵੀ ਆਪਾਂ ਇਹ ਬੇਨਤੀ ਕਰਦੇ ਆ ਪ੍ਰਬੰਧਕ ਵੀਰਾਂ ਨੂੰ ਵੀ ਪਿਆਰਿਓ ਇਹ ਸੋਚੀਏ ਕਿਉਂਕਿ ਅਸੀਂ ਇਨਸਾਨੀਅਤ ਵਾਲਾ ਦਿਲ ਰੱਖਦੇ ਆ ਅਸੀਂ ਇਹ ਸੋਚੀਏ ਵੀ ਜੇ ਅਸੀਂ ਕੌਮ ਦੇ ਵਿੱਚ ਪ੍ਰਚਾਰਕ ਪੈਦਾ ਕਰਨੇ ਆ ਤੇ ਇਹਨਾਂ ਨੂੰ ਇਹਨਾਂ ਉਤਸ਼ਾਹਿਤ ਕਰੋ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਐ ਪ੍ਰਚਾਰਕਾਂ ਦੀ ਜਦੋਂ ਪਤਾ ਆ ਵੀ ਸਾਡੇ ਬੱਚਿਆਂ ਨੇ ਤੇ ਪ੍ਰਚਾਰਕ ਬਣਨਾ ਨਹੀਂ ਜੀ ਲੇਕਿਨ ਜਿਨ੍ਹਾਂ ਦੇ ਬੱਚਿਆਂ ਨੇ ਬਣਨਾ ਹੈ ਉਹਨਾਂ ਨੂੰ ਇੰਨਾ ਉਤਸ਼ਾਹਤ ਕਰੋ ਕਿ ਉਹ ਬੱਚੇ ਜਿਹੜੇ ਆ ਆਪਣੇ ਆਪ ਕਹਿਣ ਵੀ ਅਸੀਂ ਕੀਰਤਨ ਸਿੱਖਾਂਗੇ ਹੁਣ ਇਹ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਕੀਰਤਨ ਦੀ ਦਾਤ ਇਹ ਨਹੀਂ ਦਿਵਾਉਣੀ ਚਾਹੁੰਦੇ ਅਸੀਂ ਇਹ ਅਰਦਾਸ ਕਰਦੇ ਹਾਂ ਮਹਾਰਾਜ ਚਰਨਾਂ 'ਚ ਆਪਣੇ ਬੱਚਿਆਂ ਨੂੰ ਵੀ ਕਿਹਾ ਪੁੱਤਰ ਇਹ ਹੈ ਗੰਮੀ ਦਾਤ ਇਹ ਘਰ 'ਚੋਂ ਜਾਣੀ ਨਹੀਂ ਚਾਹੀਦੀ ਹਨ ਗੁਰੂ ਨਾਨਕ ਦੀ ਬਾਤ ਹੁੰਦੀ ਹੈ ਇਹ ਗੁਰੂ ਨਾਨਕ ਇਹ ਉਹ ਭਾਗਾ ਵਾਲਿਆਂ ਦੇ ਘਰ ਹੁੰਦੀ ਹੈ ਹਮ ਮੈਂ ਅੱਜ ਹੀ ਸ਼ਬਦ ਇੱਕ ਪੜ੍ਹ ਰਿਹਾ ਸੀ ਸਿਫਤ ਸਲਾਹਣ ਪਕਤੀ ਵਿਰਲੇ ਦਿੱਤੀਆਂ ਔਰ ਮਾਰੇ ਚੁਣਦੇ ਆ ਹਰੇਕ ਨੂੰ ਨਹੀਂ ਮਿਲਦੀ ਇਹ ਚੋਣ ਹੁੰਦੀ ਆ ਸਤਿਗੁਰੂ ਚੁਣਦੇ ਨੇ ਇਹ ਵਿਰਲੇਆਂ ਨੂੰ ਮਾਰੇ ਕਹਿੰਦੇ ਨੇ ਸਿਫਤ ਸਲਾਹਣ ਤੇ ਭਗਤੀ ਮਾਲਕ ਦੀ ਸਿਫਤ ਸਲਾਹ ਕਰਨੀ ਤੇ ਭਗਤੀ ਇਹ ਵਿਰਲੇਆਂ ਨੂੰ ਮਿਲਦੀ ਹੈ ਜੀ ਹਾਂਜੀ ਸੋ ਜਿਹੜੀ ਇੱਕ ਹੋਰ ਪਿੱਛੇ ਇੱਕ ਛੋਟੀ ਜਿਹੀ ਗੱਲ ਹੈ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਸਾਡੇ ਬੜੇ ਸਤਕਾਯੋ ਭਾਈ ਸੁਖਚਿੰਤ ਸੁਖਿੰਦਰ ਸਿੰਘ ਜੀ ਉਹਨਾਂ ਦੀ ਕੇ ਬਾਹਰ ਦੇ ਦੇਸ਼ਾਂ ਦੇ ਵਿੱਚ ਇਰਾਗੀਆਂ ਨਾਲ ਪ੍ਰਚਾਰਕਾਂ ਨਾਲ ਕੁਝ ਗਲਤ ਵਿਵਹਾਰ ਵੀ ਕੀਤਾ ਜਾਂਦਾ ਹੈ ਬਿਲਕੁਲ ਕੀ ਆਪ ਜੀ ਸ ਵਿੱਚ ਕੁਝ ਦੱਸਦੇ ਕਿਤੇ ਆਪ ਜੀ ਦੇ ਨਾਲ ਕੁਛ ਇਹੋ ਜਿਹਾ ਹੋਇਆ ਹੋਵੇਗਾ ਗੁਰਦੁਆਰੇ ਸਾਡੇ ਨਾਲ ਅਜੇ ਤੱਕ ਇਹ ਨੋਵਤ ਨਹੀਂ ਆਈ ਔਰ ਆਉਂਦੀ ਹੈ ਇਹ ਸੱਚ ਵੀ ਹੈ ਝੂਠੇ ਚ ਕੋਈ ਨਹੀਂ ਹੂੰ ਇਹ ਸੱਚ ਆ ਤੇ ਜਿਹੜੀ ਉੱਥੇ ਗੱਲ ਮਤਲਬ ਕਿ ਹੋਰ ਸੁਣਨ ਵਿੱਚ ਮਿਲਦੀ ਸੀ ਕਿ ਜਦੋਂ ਆਪ ਜੀ ਦਰਬਾਰ ਸਾਹਿਬ ਤੋਂ ਨਿਕਲਦੇ ਹੋ ਬਾਹਰ ਦੇ ਮੁਲਕਾਂ ਵਿੱਚ ਜਾਣ ਵਾਸਤੇ ਹੂੰ ਹੂੰ ਉੱਥੇ ਆਪ ਜੀ ਨੂੰ ਉੱਥੇ ਕੁਝ ਰਕਮ ਪੇ ਕਰਨੀ ਪੈਂਦੀ ਹੈ ਬਿਲਕੁਲ ਕਰਨੀ ਪੈਂਦੀ ਹੈ ਜੀ ਫਿਰ ਇਸ ਤਰ੍ਹਾਂ ਕਿਉਂ ਹੈ ਆਪ ਜੀ ਇਹ ਨਹੀਂ ਤੇ ਦੁਖਾ ਇਹਹੀ ਇਹਹੀ ਤੇ ਅਸੀਂ ਜਾਣਨਾ ਚਾਹੁੰਦੇ ਆ ਸਾਡੇ ਸਰੋਤੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਕਿ ਜਿਹੜੀ ਸੰਗਤ ਹੈ ਚਾਹੇ ਹਰਮੰਦਰ ਸਾਹਿਬ ਸਚਕੰਡ ਹਰਮੰਦਰ ਸਾਹਿਬ ਹੋਵੇ ਤੇ ਚਾਹੇ ਕਿਸੇ ਵੀ ਗੁਰਦਾਰੇ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਗੁਰਦਾਰਾ ਸਾਹਿਬ ਜਿੱਥੇ ਮੇਰਾ ਤਨਤਨ ਗੁਰੂ ਗ੍ਰੰਥ ਸਾਹਿਬ ਉਹ ਥਾਂ ਤਾਂ ਕਦੀ ਛੋਟੀ ਹੋ ਨਹੀਂ ਸਕਦੀਏ ਪਰ ਉਹ ਤਾਂ ਮਾਇਆ ਉੱਤੇ ਚੜੋਂਦੇ ਚੜੋਂਦੇ ਨੇ ਹਾਂ ਹਾਂ ਪਰ ਫਿਰ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਜੇ ਸੱਚ ਕਹਿੰਦਾ ਹਰਮੰਦਰ ਸਾਹਿਬ ਤੋਂ ਇਹੋ ਜਿਹੀਆਂ ਕਟਨਾਵਾਵਾਂ ਵਾਪਰਦੀਆਂ ਨੇ ਤਾਂ ਬਾਅਦ ਦੇ ਜਿਹੜੇ ਕਮੇਟੀ ਮੈਂਬਰ ਨੇ ਟਰਸਟੀਆਂ ਨੇ ਗੁਰਦੁਆਰੇ ਦੇ ਜਿਹੜੇ ਧਨਾੜ ਬੈਠੇ ਨੇ ਅੱਜ ਦੇ ਜਾਂ ਮਹੰਤ ਕਹਿ ਰਹੇ ਨੇ ਉਹਨਾਂ ਨੂੰ ਤਾਂ ਫਿਰ ਇੱਕ ਅਫਸਰ ਮਿਲ ਜਾਂਦਾ ਉਹ ਕਹਿੰਦੇ ਜੀ ਵੱਡੀ ਸਰੋਤ ਸਾਡੀ ਉਹ ਕਰਦੇ ਪੈਣੇ ਤੱਕ ਹਰਮੰਦਰ ਸਾਹਿਬ ਤੋਂ ਇਹ ਚੱਲਦਾ ਪਿਆ ਆ ਰਿਹਾ ਹੈ। ਇਹੀ ਇਹੀ ਮਤਲਬ ਗਲਤ ਪਰੰਪਰਾ ਚੱਲ ਪਈ ਨਾ ਹੁਣ ਜਿੱਦਾਂ ਕਾਫੀ ਸਮੇਂ ਤੋਂ ਜਿਹਦਾ ਚੱਲਦਾ ਹੁੰਦਾ ਔਰ ਇਹ ਸੱਚ ਇਹਦੇ ਵਿੱਚ ਕੋਈ ਝੂਠ ਨਹੀਂ ਜਿਹੜੀ ਗੱਲ ਸੱਚੀ ਉਹ ਸੱਚੀ ਆ ਜੀ ਹੁਣ ਇੱਕ ਕੀਰਤਨੀ ਅਸੀਂ ਬਾਹਰ ਆਉਨੇ ਆ ਨਾ ਜੀ ਜੀ ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕੋਈ ਜਿੱਦਾਂ ਸੇਵਾ ਮਾਰੇ ਨਹੀਂ ਲੈਣੀ ਜਾਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਵਾਉਣੇ ਜਾਂ ਡਿਊਟੀ ਮਾਰੇ ਨਹੀਂ ਲਾਈ ਹੈ ਨਾ ਅਸੀਂ ਉਹਦੇ ਹੁਗੋਂ ਚ ਹੀ ਆਉਨੇ ਆ ਤੇ ਬਾਕੀ ਇੱਥੇ ਆਉਣ ਨਾਲ ਕੋਈ ਸਾਨੂੰ ਲਾਭ ਏਡਾ ਕੋਈ ਨਹੀਂ ਹੁੰਦਾ ਕਿਉਂਕਿ ਅਸੀਂ ਜਦੋਂ ਆਉਨੇ ਆ ਸਾਡੀ ਸਰਵਿਸ ਰੁਕ ਜਾਂਦੀ ਹੈ ਹਮ ਹਮ ਤਨਖਾਹ ਸਾਡੀ ਬੰਦ ਉਲਟਾ ਮੈਨੂੰ 1 ਮਹੀਨਾ ਦਾ 5000 ਇੱਕ ਬੰਦੇ ਉਹ ਜਮਾ ਹੋਣਾ ਤਨਖਾਹ ਵੀ ਰੁਕ ਗਈ ਜੇ ਕੋਈ ਵਾਧਾ ਲੱਗਣਾ ਜਾਂ ਕੁਝ ਲੱਗਣਾ ਉਹ ਨਹੀਂ ਲੱਗਣਾ ਉਹ ਸਰਵਿਸ ਬੰਦ ਹੋ ਜਾਂਦੀ ਹੈ ਉੱਥੇ ਜਦੋਂ ਜਾਵਾਂਗੇ ਫਿਰ ਹਾਜ਼ਰ ਹੋਵਾਂਗੇ ਤੇ ਉਹ ਫਿਰ ਮਤਲਬ ਚੱਲਦੀ ਹੈ ਤੇ ਜਿਹੜੇ 5000 ਜਮਾ ਕੀਤੇ ਹੁੰਦੇ ਨੇ ਪਰ ਬੰਦਾ ਉਹ ਵਾਪਸ ਮਿਲਦੇ ਨਹੀਂ ਜਾਂ ਨਹੀਂ ਉਹ ਨਹੀਂ ਦਿੰਦੇ ਨਹੀਂ ਉਹ ਲੰਗਰ ਖਾਤੇ ਚਲੇ ਜਾਂਦੇ ਨੇ ਸੇਵਾ 'ਚ ਸੇਵਾ 'ਚ ਚਲੇ ਜਾਂਦੇ ਨੇ ਹਾਂਜੀ ਕਦੀ ਆਇਤਾ ਕਿ ਤੁਸੀਂ ਪੁੱਛੇ ਕਿ ਕਿਹੜੀ ਸੇਵਾ ਚ ਗਈ ਨਹੀਂ ਜਾਂ ਕੀ ਹੋਇਆ ਉੱਥੇ ਜਾਂ ਕੋਈ ਹਿੰਮਤ ਨਹੀਂ ਰੱਖਦਾ ਜੁੱਥੇ ਤੱਕ ਨਹੀਂ ਬੁੱਛਣ ਨੂੰ ਹੁਣ ਚੱਲਦੇ ਵੀ ਹੈ ਪਰ ਉਹ ਜਿਹੜਾ ਨਜਾਮ ਆ ਨਾ ਨਜਾਮ ਐਸਾ ਆ ਕਿ ਉਹ ਗੱਲ ਨੂੰ ਚਾਹੁੰਦਾ ਹੀ ਨਹੀਂ ਉਹ ਪੀਏ ਕਿਦਾਂ ਗੱਲ ਹੋਵੇ ਹੁਣ ਗੱਲ ਤੇ ਇਹ ਆ ਨਾ ਜਿਹੜੀ ਐਸਜੀਪੀਸੀ ਹੈ ਇਹ ਸਿਰਫ ਪ੍ਰਚਾਰਕਾਂ ਵਾਸਤੇ ਆ ਜੀ ਕਿਉਂਕਿ ਮਾਨਸਿਕਤਾ ਜਿਹੜੀ ਆ ਨਾ ਉਹ ਐਸੀ ਬਣ ਚੁੱਕੀ ਆ ਕਿ ਪਤਾ ਨਹੀਂ ਰਾਗੀ ਸਿੰਘ ਬਾਹਰ ਜਾਂਦੇ ਤੇ ਇਹ ਪਤਾ ਨਹੀਂ ਕੀ ਉਥੋਂ ਇਕੱਠੇ ਕਰਕੇ ਲੈ ਆਉਂਦੇ ਹੋ ਬਹੁਤ ਜ਼ਿਆਦਾ ਹੂੰ ਹੁਣ ਇੱਕ ਰਾਗੀ ਸਿੰਘ ਇੰਡੀਆ ਤੋਂ ਚੱਲਿਆ ਜੀ ਤਨਖਾਹ ਬੰਦ ਹੋ ਗਈ ਉਲਟੀਆਂ ਨਮਾਇਆ ਜਮਾ ਕਰਾਉਣੀ ਆ ਫਿਰ ਉਹਨੇ ਤੇਜ ਨੰਬਰ ਤੇ ਉਹਨੇ ਟਿਕਟ ਕਰਾਉਣੀ ਆ ਹੂੰ ਹੂੰ ਤੁਸੀਂ ਸਾਬ ਲਓ ਵੀ ਇੱਕ ਕਿੰਨਾ ਖਰਚਾ ਲਾ ਕੇ ਉਹ ਇੱਥੇ ਆਇਆ ਜੀ ਤੇ ਇੱਥੇ ਆ ਕੇ ਵੀ ਇਹ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਵੀ ਇਹ ਡਿਊਟੀਆਂ ਨਹੀਂ ਪਾਉਂਦੇ ਆ ਸਾਬਾ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਇਹ ਤਾਂ ਸਾਬ ਇਹ ਜਨੂਨੀ ਕੰਮ ਆ ਇਹ جنੂਨ ਹੀ ਆ ਜੀ ਕਿਉਂਕਿ ਇੱਥੇ ਆਇਆ ਵੀ ਇੱਥੋਂ ਵਾਲੇ ਪ੍ਰਬੰਧਕਾਂ ਦਾ ਵੀ ਇਹ ਇਹੀ ਮਤਲਬ ਹੋ ਜਾਂਦਾ ਵੀ ਇਹ ਪਤਾ ਨਹੀਂ ਇਹਨਾਂ ਕੋ ਕਿੰਨੀ ਕਮਾਇਆ ਹੁੰਦੀ ਪਰ ਕੋਈ ਨਹੀਂ ਨਾ ਸੋਚਦੇ ਵੀ ਇਹ ਕਿੰਨੇ ਪੈਸੇ ਲਾ ਕੇ ਆਏ ਨੇ ਕਿ ਸਾਨੂੰ ਕੀਰਤਨ ਸੁਣਾਉਣ ਆਏ ਆ ਸਤਿਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਵੀ ਜੋ ਹਰ ਪ੍ਰਭ ਕਾ ਮੈਂ ਦੇਹ ਸਨੇਹਾਂ ਤੇ ਸਮਨ ਤਨ ਆਪਣਾ ਦੇਵਾ ਮੈਂ ਸਾਰਾ ਕੁਝ ਵਾਰ ਦਿਆਂ ਕਰ ਕੁਝ ਵਾਰ ਦਿਆਂ ਹਾਂਜੀ ਮਾਰੇ ਦੇਥੋਂ ਕਹਿੰਦੇ ਇੱਥੋਂ ਤੱਕ ਕਹਿੰਦੇ ਮੈਂ ਆਪਣੇ ਸਿਰ ਦਾ ਮੂੜਾ ਬਣਾ ਕੇ ਉਹਨੂੰ ਬਿਠਾ ਦਿਆ ਕੋਈ ਮੈਨੂੰ ਮੇਰੇ ਮਾਲਕ ਦਾ ਸੁਨਿਆ ਤੇ ਪਚਾਏ ਜੀ ਪਰ ਅਸੀਂ ਉਹ ਕਿੰਨਾ ਕੁ ਸਨਮਾਨ ਕਰਦੇ ਆ ਸਭ ਨੂੰ ਪਤਾ ਹੈ ਸੱਚ ਹਾਲਾਂ ਪੰਜਾਬ ਦੀ ਧਰਤੀ ਤੇ ਬਹੁਤ ਸਨਮਾਨ ਹੈ ਗੁਰੂ ਕੇ ਕੀਰਤਨੀਆਂ ਦਾ ਸਨਮਾਨ ਸਨਮਾਨ ਵੇਖਣਾ ਤੇ ਪੰਜਾਬ ਦੀ ਧਰਤੀ ਤੇ ਦੇਖੋ ਉੱਥੇ ਕਿਸੇ ਸਮਾਗਮ ਤੇ ਜਾਓ ਜੀ ਲੋਕ ਅੱਗੇ ਅੱਗੇ ਦੌੜ ਕੇ ਆ ਜਾਂਦੇ ਨੇ ਅੱਗੋਂ ਬਾਜੇ ਫੜ ਮਤਲਬ ਇੰਨਾ ਸਤਕਾਰ ਕਰਦੇ ਨੇ ਅਸੀਂ ਉਧਰ ਬਾਹਰਲੇ ਸੂਬਿਆਂ 'ਚ ਜਾਂਦੇ ਆ ਨਾ ਜੀ ਜੀ ਤੇ ਹਸਾ ਉਸ ਵੇਲੇ ਨਾ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰੀਦਾ ਵੀ ਮਹਾਰਾਜ ਤੁਹਾਡੇ ਨਾਂ ਕਰਕੇ ਟ੍ਰੇਨਾਂ ਤੇ ਜੇ ਜਾਈਏ ਤੇ ਉਹ ਅੱਗੇ ਰੇਲਵੇ ਸਟੇਸ਼ਨਾਂ ਤੇ ਟੋਲ ਗਿਆ ਛਾਣੇ ਲੈ ਕੇ ਆਉਂਦੇ ਨੇ ਹਾਰ ਪਾ ਕੇ ਖੜਦੇ ਆ ਕੀਰਤਨੀਆਂ ਨੂੰ ਐ ਸਤਿਕਾਰ ਨਾਲ ਸ਼ਬਦ ਪੜਦੇ ਜਾਂਦੇ ਹਮਕਰ ਸਾਜਨਾਏ ਪਿਆਰਿਆ ਹਮਕਰ ਸਾਜਨਾਏ ਹਨ ਫਿਰ ਇਹ ਉਹਨਾਂ ਦਾ ਸਨਮਾਨ ਯੂਰਪ ਦੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਅਮਰੀਕਾ ਕੈਨੇਡਾ ਯੂਕੇ ਜਰਮਨ ਇੱਧਰ ਤੁਹਾਨੂੰ ਕਮੀ ਲੱਗੀ ਬਿਲਕੁਲ ਜਿਹੜੀ ਚੀਜ਼ ਦੀ ਕਮੀ ਹੈ ਨਾ ਇੱਥੇ ਇਹ ਨਹੀਂ ਵੀ ਪ੍ਰੇਮੀ ਇੱਥੇ ਬੜੇ ਬੜੇ ਪਿਆਰ ਵਾਲੇ ਬੈਠੇ ਆ ਜੀ ਸਨਮਾਨ ਕਰਨ ਵਾਲੇ ਉਹਦੇ ਕੋਈ ਅੰਤ ਹੀ ਨਹੀਂ ਤੇ ਉਹ ਵੀ ਨੇ ਜਿਹੜੇ ਫੇਰ ਬਲਾਗੇ ਖੁਸ਼ ਨਹੀਂ ਸ਼ਾਇਦ ਉਹ ਇਹ ਗੱਲ ਸੋਚਦੇ ਆ ਵੀ ਅਸੀਂ ਹੁਣ ਅਮਰ ਛੱਗ ਲਿਆ ਤੇ ਸਾਨੂੰ ਲੋੜ ਨਹੀਂ ਕਿਸੇ ਪੜਨ ਦੀ ਹੁਣ ਪਰ ਜਿਹੜਾ ਸਿੱਖ ਹੈ ਨਾ ਉਹਦਾ ਕੰਮ ਹੁੰਦਾ ਸਿੱਖਣਾ ਗੁਰਸਿੱਖੀ ਦਾ ਚੱਲਣਾ ਚੱਲੇ ਪੈ ਵਿੱਚ ਲੀਤੇ ਪੇਖੇ ਗੁਰਸਿੱਖੀ ਦਾ ਰਾਹ ਇਹੋ ਗੁਰਮੁਖ ਚਾਲ ਚੱਲੇ ਸੋ ਦੇਖੇ ਇਹ ਗੁਣ ਨੇ ਸਾਡੇ ਜੀ ਜੀ ਜਿਹੜਾ ਗੁਰੂ ਕੇ ਸਿੱਖਾਂ ਵੱਲ ਵੇਖ ਕੇ ਸਿੱਖ ਹਮੇਸ਼ਾ ਸਿੱਖਦਾ ਉਹਨਾਂ ਕੋਲੋਂ ਸਿੱਖਦਾ ਹੈ ਸਿੱਖਦਾ ਬਿਲਕੁਲ ਹਾਂਜੀ ਤੇ ਉਹ ਸ਼ਾਇਦ ਇਹੀ ਆ ਵੀ ਆਪਾਂ ਜ਼ਿਆਦਾਤਰ ਇਹਦੇ ਵਿੱਚ ਕਸੂਰਵਾਰ ਸਾਰੇ ਪ੍ਰਬੰਧਕ ਵੀ ਆ ਆਪਣੇ ਪਰਿਵਾਰ ਵੀ ਆ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਗਾਂ ਦੱਸ ਸਕੇ ਹੂੰ ਹੂੰ ਵੀ ਆਪਣੇ ਇਹ ਸਾਡੇ ਟੀਚਰ ਨੇ ਤੇ ਪ੍ਰਬੰਧਕ ਇਹ ਨਹੀਂ ਦੱਸ ਸਕੇ ਵੀ ਆ ਗੁਰਦੁਆਰੇ ਸਾਡੇ ਸਕੂਲ ਨੇ ਵੀ ਇੱਥੇ ਅਸੀਂ ਵਿਦਿਆਪਨ ਜਾਣੀ ਆ ਗੁਰ ਸਿੱਖੀ ਦੀ ਵਿੱਦਿਆ ਮਹਾਰਾਜ ਬਾਣੀ ਚ ਕਹਿੰਦੇ ਆ ਸਤ ਸੰਗਤ ਸਤ ਗੁਰੂ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ ਇਹ ਗੁਰੂ ਕੀ ਪਾਠਸ਼ਾਲਾ ਹੁੰਦੀ ਆ ਗੁਰਦੁਆਰੇ ਇੱਥੇ ਹਰਿ ਦੇ ਗੁਣ ਸਿੱਖਦੇ ਆਪਾਂ ਹੂੰ ਹੂੰ ਜਦ ਤੱਕ ਸਾਨੂੰ ਇਸ ਗੱਲ ਦੀ ਸਮਝ ਨਾ ਆਏਗੀ ਉਹਨਾਂ ਚਿਰ ਗੱਲ ਨਹੀਂ ਬਣਨੀ ਮੈਨੇਜਮੈਂਟ ਇਹ ਦੋਵੇਂ ਤਰ੍ਹਾਂ ਸਹੈਕ ਨੇ ਪ੍ਰਬੰਧ ਵੀ ਚਾਹੀਦਾ ਹੈ ਤੇ ਪੜਾਉਣ ਵਾਲਾ ਟੀਚਰ ਵੀ ਚਾਹੀਦਾ ਹੈ ਤੇ ਟੀਚਰ ਦਾ ਸਨਮਾਨ ਵੀ ਚਾਹੀਦਾ ਫਿਰ ਵੇਖਿਓ ਪੜਾਈ ਹੁੰਦੀ ਗੁਰਸਿੱਖੀ ਦੀ ਪੜਾਈ ਸਿੱਖਣ ਵਾਲੇ ਬੱਚੇ ਨੂੰ ਆਪਾਂ ਘਰੋਂ ਇਹ ਗੱਲ ਕਹਿ ਕੇ ਤੋਰੀਏ ਕਿ ਬੇਟਾ ਆਪਾਂ ਗੁਰਦੁਆਰੇ ਚੱਲੇ ਆ ਅਸੀਂ ਉੱਥੇ ਸਿੱਖਣ ਜਾਣਾ ਸਿੱਖੀ ਸਿੱਖਣੀ ਪੈਂਦੀ ਸਿੱਖਣ ਸਿੱਖ ਦਾ ਨਾਮ ਹੀ ਸਿੱਖਣ ਵਾਲਾ ਉਹ ਵੀ ਸਟੂਡੈਂਟ ਆ ਜੀ ਅੰਗਰੇਜ਼ ਆਪਾਂ ਇੰਗਲਿਸ਼ ਸਟੂਡੈਂਟ ਕਹਿ ਲੀਏ ਉਹਦਾ ਸਿੱਖ ਕਹਿ ਲੀਏ ਸਿੱਖਿਆਰਤੀ ਕਹ ਲੀਏ ਚੇਲਾ ਕਹਿ ਲੀਏ ਇੱਕੋ ਗੱਲ ਆ ਇੱਕੋ ਹੀ ਗੱਲ ਹੋ ਜਾਈ ਹਾਂ ਉਹਨੂੰ ਇਹ ਜਦ ਤੱਕ ਪਤਾ ਨਹੀਂ ਨ ਲੱਗਿਆ ਜੇ ਤਾਂ ਅਸੀਂ ਅਸੀਂ ਗੁਰਦੁਆਰੇ ਸਿਰਫ ਐ ਇਸ ਤਰ੍ਹਾਂ ਉਹਨੇ ਜਿੱਦਾਂ ਆਪਾਂ ਕੋਈ ਫੰਕਸ਼ਨ ਅਟੈਂਡ ਕਰਨਾ ਹੈ ਜੀ ਹੈਨਾ ਜੀਵੇਂ ਸਕੂਲ ਚ ਜਾਂਦੇ ਆ ਸਕੂਲ ਦਾ ਆਪਾਂ ਬੱਚੇ ਨੂੰ ਘਰੋਂ ਸੁਖਾ ਕੇ ਤੋਰਦੇ ਆ ਨਾ ਤੇ ਬੇਟਾ ਸਕੂਲੇ ਜਾਣਾ ਹੈ ਤੇ ਆਰਾਮ ਨਾਲ ਬਹਿਣਾ ਹੂੰ ਤੇ ਇੱਥੇ ਆਪਾਂ ਕੀ ਦੇਦੇ ਬੱਚੇ ਦੌੜਦੇ ਫਿਰਦੇ ਨੇ ਇੱਧਰ ਕੋਈ ਵੇਖਦਾ ਹੀ ਨਹੀਂ ਹੁਣ ਛੋਟੇ ਬੱਚਿਆਂ ਦਾ ਕਸੂਰ ਨਹੀਂ ਨਾ ਉਹਦੇ ਵਿੱਚ ਇੱਥੇ ਕਿਸੇ ਨੇ ਇਹ ਨਹੀਂ ਦੱਸਿਆ ਵੀ ਗੁਰੂ ਘਰ ਦੀ ਇੱਕ ਮਰਜ਼ਾਦਾ ਹੁੰਦੀ ਆ ਵੀ ਇੱਥੇ ਆਪਾਂ ਜਦਾ ਜਰਾਬਾਂ ਪਾ ਕੇ ਨਹੀਂ ਜਾਣਾ ਜੀ ਕਿੰਨੇ ਦੱਸਣਾ ਸੀ ਪ੍ਰਚਾਰਕ ਨੇ ਦੱਸਿਆ ਪ੍ਰਚਾਰਕ ਦੇ ਗੱਲ ਪੈ ਕੇ ਤੂੰ ਕਿਉਂ ਕਿਹਾ ਹੂੰ ਹੁਣ ਟੀਚਰ ਨੂੰ ਕਹੀਏ ਤੂੰ ਕਿਉਂ ਪੜਾਇਆ ਉਹ ਕੋਈ ਹੋਊਗਾ ਨਾ ਚੰਗਾ ਟੱਟੇ ਗੂਜ ਪਏ ਫਿਰ ਮੈਂ ਕਿ ਤੈਨੂੰ ਕੀ ਲੈਣਾ ਪੜਾਗੇ ਇਹ ਸਭ ਤੋਂ ਵੱਡਾ ਦੁਕਾਨ ਤੇ ਅੱਛੇ ਆ ਕੇ ਹਰ ਕੀ ਗੱਲ ਸਾਰੇ ਹਾਂਜੀ ਬਿਲਕੁਲ ਇਹ ਸਭ ਤੋਂ ਵੱਡਾ ਦੁਕਾਨ ਤੇ ਮੰਨਿਆ ਜਾਂਦਾ ਹੈ ਜਾਂ ਫਿਰ ਜਿਹੜੇ ਗੁਰਦੂ ਘਰਾਂ ਦੇ ਟਰਸਟੀ ਮਤਲਬ ਬਖੈਲੀਆਂ ਵਾਲੇ ਉਹਨਾਂ ਨੂੰ ਤਾਂ ਜਾਣਕਾਰ ਹੋਣਾ ਪਊਗਾ ਉਹ ਅੱਜ ਅੱਜ ਦਾ ਜਿਹੜਾ ਸਭ ਤੋਂ ਵੱਡਾ ਦੁਕਾਨ ਤੇ ਇਹ ਹੀ ਹੈ ਕਿ ਜੇ ਟਰਸਟੀ ਕਮੇਟੀ ਮੈਂਬਰ ਸ਼ਰਾਬੀ ਹੋਣ ਜਾਂ दारू ਦੀ ਬੋਤਲ ਦੇ ਨਾਲ ਮੂੰਹ ਲੱਗਾ ਹੋਵੇ ਉਹਨਾਂ ਦਾ ਰਾਤ ਨੂੰ ਕਿੱਥੇ ਬੈਠਣ ਤੇ ਦਿਨ ਵੇਲੇ ਆ ਕੇ ਪ੍ਰਚਾਰ ਕਰਨ ਉਹ ਪ੍ਰਚਾਰ ਦਾ ਵੀ ਮਰਨ ਲੱਗ ਗਿਆ ਸੰਤੇ ਅਫੈਕਟਡ ਇਹ ਬਹੁਤ ਗਲਤ ਹੈ ਕਿਉਂਕਿ ਸਾਨੂੰ ਸਾਰਾ ਜਿਹੜਾ ਟੀਮ ਵਰਕ ਕਰਨਾ ਪਊਗਾ ਜੀ ਕਿਉਂਕਿ ਸਾਰਾ ਮਤਲਬ ਤਾਂਚਾ ਹੀ ਠੀਕ ਕਰਨਾ ਪਏਗਾ ਜਿੱਥੇ ਸਿੰਘ ਸਾਹਿਬ ਹੁੰਦੇ ਸਾਰੇ ਚੁੱਪ ਕਰਕੇ ਬੈਠਣ ਜਲਦੀ ਨਾ ਹੋਵੇ ਕਿਉਂਕਿ ਉਹ ਜਿਹੜੀ ਆਸਦੀਵਾਰ ਚੰਦੀ ਇੱਕ ਹੁੰਦੀ ਹੈ ਕਿ ਵੱਡੀ ਹੱਥ ਬਲਾਲ ਵੱਡੇ ਹੱਥ ਦਲਾਲ ਕੇ ਉਹ ਹਾਂਜੀ ਬਿਲਕੁਲ ਜੀ ਉਹ ਇੱਕ ਕਿਤੇ ਨਾ ਕਿਤੇ ਸੱਚ ਹੁੰਦੀ ਰਹੀ ਹੈ ਕਿ ਜੀ ਅਸੀਂ ਆਪਣਾ ਭਵਿੱਖ ਬਚਾਉਣਾ ਹੈ ਤਾਂ ਸਾਨੂੰ ਸਾਰਾ ਸਿਸਟਮ ਨੂੰ ਠੀਕ ਕਰਨਾ ਪਏਗਾ ਜਿਵੇਂ ਭਾਈ ਸਾਹਿਬ ਜੀ ਸਭ ਤੋਂ ਵੱਡੀ ਗੱਲ ਮੈਂ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਆ ਜਿੱਥੇ ਅਸੀਂ ਪਹੁੰਚ ਗਏ ਆ ਨਾ ਸਿੱਖ ਜੀ ਸਮਾਂ ਬੜਾ ਮਾੜਾ ਲੱਗਦਾ ਸਾਨੂੰ ਤੇ ਬੜਾ ਮਾੜਾ ਦਿਖ ਰਿਹਾ ਕਿਉਂਕਿ ਸਿੱਖੇ ਕੁਛ ਨਹੀਂ ਕੱਲੀ ਵਰਦੀ ਪਾਇਆ ਫੌਜੀ ਨਹੀਂ ਬਣ ਜਾਂਦਾ ਉਹਨੂੰ ਰੰਗ ਰੂਟੀ ਕਰਨੀ ਪੈਣੀ ਹੂੰ ਤੇ ਖਾਲਸਾ ਅਕਾਲ ਪੁਰਖ ਕੀ ਫੌਜ ਆ ਤੇ ਫੌਜ ਉਹ ਹੁੰਦੀ ਜਿਹੜੀ ਡਿਸਪਲਿਨ ਚ ਰਹਿੰਦੀ ਆ ਫੌਜ ਦਾ ਜਿਹੜਾ ਅਫਸਰ ਜੋ ਆਗਾਸ਼ਨ ਦਿੰਦਾ ਜਿਹੜਾ ਉਸਤਾਦ ਉਹਨਾਂ ਨੂੰ ਸਿਖਾਉਂਦਾ ਉਹ ਸਿੱਖਦੇ ਆ ਤਾਂ ਫੌਜੀ ਬਣਦਾ ਆ ਫੌਜੀ ਵਰਦੀ ਪਾ ਕੇ ਹੁਣ ਬੰਦਾ ਕਹੇ ਵੀ ਮੈਂ ਹੁਣ ਮਤਲਬ ਮੈਂ ਨਹੀਂ ਕਿਸੇ ਨੂੰ ਜਾਣਦਾ ਹਨਾ ਮੈਨੂਅਲ ਸਿੱਖਣ ਦੀ ਲੋੜ ਕੋਈ ਨਹੀਂ ਜੀ ਉਹ ਅਗਲੇ ਕੱਢ ਕੇ ਉਹ ਮਾਰਦੇ ਹੁਣ ਸਾਨੂੰ ਜਿਹੜਾ ਜਿੱਥੇ ਅਸੀਂ ਪਹੁੰਚ ਗਏ ਹਨਾ ਜੀ ਜੇ ਕੌਮ ਨੂੰ ਬਚਾਉਣਾ ਹੈ ਤੇ ਫਿਰ ਸਾਡੇ ਪ੍ਰਚਾਰਕ ਵਰਗ ਨੂੰ ਆਜ਼ਾਦ ਕਰਨਾ ਪਊਗਾ ਮਤਲਬ ਇਹਨਾਂ ਆਜ਼ਾਦ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਮਿਲੇ ਖੁੱਲ ਕੇ ਬੋਲ ਸਕਣ ਉਹ ਅਸੀਂ ਉਹਨਾਂ ਤੇ ਬੰਦਸ਼ ਨਾ ਲਾਈਏ ਕਿ ਤੂੰ ਇਹੋ ਹੀ ਕੁਝ ਬੋਲਣਾ ਹੂੰ ਹੂੰ ਕਿਉਂਕਿ ਬੋਤਾਂਤ ਵਿੱਚ ਯੂਰਪ ਦੇ ਗੁਰਦੁਆਰਿਆਂ 'ਚ ਦੇਖਿਆ ਗਿਆ ਪੇਪਰ ਬਹੁਤ ਵੱਡਾ ਅਕਟੰਗਿਆ ਹੁੰਦਾ ਕਿ ਸੰਗਤ 'ਚ ਤੂੰ ਇਹ ਬੋਲ ਸਕਦਾ ਐ ਨਹੀਂ ਬੋਲ ਸਕਦਾ ਹਰ ਹਰ ਕਦਮ ਤੇ ਸਾਡੇ ਪ੍ਰਚਾਰਕ ਵਰਗ ਨੂੰ ਇਹ ਸੋਚਣਾ ਪਊਗਾ ਬਾਕੀ ਗੱਲਾਂ ਛੱਡੋ ਗੁਰਗਰਨ ਸਾਹਿਬ ਜੀ ਦੀ ਬਾਣੀ ਦੇ ਬਾਬਤ ਬਾਣੀ ਦੀ ਵਿਚਾਰ ਆਪਾਂ ਸਭ ਨੂੰ ਦੇ ਸਕੀਏ ਜੀ ਸਾਡੇ ਕੋਲ ਤਾਂ ਇੰਨਾ ਖਜ਼ਾਨਾ ਇਹੋ ਹੀ ਨਮੁਕਤਾ ਬਾਕੀ ਬਾਹਰ ਕੀ ਵਰਤ ਰਿਹਾ ਹੈ ਕੀ ਵਰਤਾਰਾ ਚੱਲ ਰਿਹਾ ਇਹ ਤੇ ਬੱਚੇ-ਬੱਚੇ ਨੂੰ ਪਤਾ ਤੇ ਜਦੋਂ ਇਹ ਚੀਜ਼ਾਂ ਹੀ ਸਟੇਜਾਂ ਤੇ ਸੰਗਤ ਨੂੰ ਸੁਣਾ ਕੇ ਅਧਕਾਰ ਨੂੰ ਆ ਜੰਨੇ ਗੁਰੂ ਕੀ ਗੱਲ ਤੇ ਖੋਲੀ ਨਹੀਂ ਬਿਲਕੁਲ ਜੀ ਇੱਥੇ ਆਣ ਕੇ ਅਸੀਂ ਉਹ ਵੀ ਗਲਤ ਹੋ ਜਾਂਦੇ ਇੱਥੇ ਗਲਤ ਹੋ ਜਾਂਦੇ ਮੈਂ ਇਹ ਬੇਨਤੀ ਕਰਦਾ ਹਾਂ ਪ੍ਰਚਾਰਕ ਵਰਗ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਾਂ ਗੁਰੂ ਦੀ ਸ਼ੋਭਾ ਗੁਰੂ ਦੀ ਵਡਿਆਈ ਗੁਰੂ ਤੇ ਭਰੋਸਾ ਬਣਾਈਆਂ ਸੰਗਤਾਂ ਦਾ ਨਿੰਦਾ ਚੁਗਲੀ ਦੂਜਿਆਂ ਦੇ ਔਗਣ ਵੇਖਣੇ ਉਹ ਤੇ ਸਭ ਨੂੰ ਪਤਾ ਵੇਖਣ ਦੀ ਲੋੜ ਨਹੀਂ ਸੋਸ਼ਲ ਮੀਡੀਆ ਸਾਡੇ ਕੋਲ ਬਤੇਰਾ ਗੰਦ ਪ੍ਰੋਸ ਪ੍ਰੋਸ ਸਾਡੇ ਅੱਗੇ ਰਖੰਡਿਆ ਜੀ ਹਾਂਜੀ ਉਹ ਕਾਂ ਵਾਂਗੂ ਅਸੀਂ ਮਤਲਬ ਗੰਦਗੀ ਚੋਂ ਜਨਾ ਮਾਰਦੇ ਫਰੀਏ ਜੀ ਅਸਾਂ ਨੂੰ ਮਾਰੇ ਨੇ ਹੰਸ ਬਣਾਇਆ ਜੀ ਤੇ ਸਾਡੇ ਕੋਲ ਸਮੁੰਦਰ ਹਥਾ ਗੁਰਬਾਣੀ ਜੀ ਇਹਦੇ ਵਿੱਚੋਂ ਹੀਰੇ ਮੋਤੀ ਗੁਰੂ ਕੇ ਸ਼ਬਦ ਚੁਣੀਏ ਗੁਰੂਆਂ ਸੰਗਤਾਂ ਨੂੰ ਪਿਆਰ ਬਣਾਈਏ ਸ਼ਰਧਾ ਵਾਲੀ ਗੱਲ ਕਰੀਏ ਜੀ ਤੇ ਫਿਰ ਵੇਖਿਓ ਜਦੋਂ ਜਦੋਂ ਸ਼ਰਧਾ ਬਣ ਗਈ ਗੁਰੂ ਨਾਲ ਨੇੜਤਾ ਬਣ ਗਈ ਸਿੱਖ ਦਾ ਸਿੱਖ ਨਾਲ ਪਿਆਰ ਬਣਿਆ ਜਿੱਦਣ ਸਿੱਖ ਇੱਕ ਦੂਜੇ ਨਾਲ ਫਤਿਹ ਦੀ ਸਾਂਝ ਕਰਨ ਵਾਲੇ ਬਣ ਗਏ ਜੀ ਉਹਦਨ ਗੁਰੂ ਦੀ ਕਿਰਪਾ ਹੋ ਜਣੀ ਇਹਦੇ ਜਿੰਨਾ ਚਿਰ ਅਸੀਂ ਆਖੜੇ ਰਹਿ ਵੀ ਮੈਂ ਹੁਣ ਅੰਮ੍ਰਿਤ ਛਕ ਲਿਆ ਜਦ ਮੈਂ ਦਮਾਲਾ ਚੱਲਿਆ ਜਮ ਬਾਣਾ ਪਾ ਲਿਆ ਤੇ ਮੈਂ ਦੂਜੇ ਨੂੰ ਸਿੱਖ ਹੀ ਨਾ ਸਮਝਾਂ ਇਹਦਾ ਮਤਲਬ ਹੈ ਸਿੱਖੀ ਦੀ ਪਹਿਲੀ ਪੌੜੀ ਵੀ ਨਹੀਂ ਚੜ੍ਹਿਆ ਹਾਂ ਉਸ ਦਿਨ ਤਾਂ ਦਾਖਲਾ ਲਿਆ ਬੱਚਾ ਸਕੂਲ ਚ ਦਾਖਲ ਹੋ ਕੇ ਤੇ ਗਾ ਪੜ੍ਹਾਈ ਨਾ ਕਰੇ ਤੇ ਫਿਰ ਗੱਲ ਨਹੀਂ ਬਣਦੀ ਗੱਲ ਨਹੀਂ ਬਣਦੀ ਤੇ ਪੜ੍ਹਾਈ ਵਾਸਤੇ ਆਪਣੇ ਟੀਚਰ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਆ ਸਾਡੇ ਉਸਤਾਦ ਲੋਕ ਕਹਿੰਦੇ ਵੀ ਜਦੋਂ ਜਿੰਨਾ ਬੱਚਾ ਉਸਤਾਦ ਦੀ ਸੀਸ ਲੈ ਕੇ ਸਿੱਖਦਾ ਨਾ ਉਹਨਾਂ ਕਿਤਾਬਾਂ ਚੋਂ ਵੀ ਨਹੀਂ ਸਿੱਖਦਾ ਬਿਲਕੁਲ ਤੇ ਇਹ ਟੀਚਰ ਨੇ ਸਾਡੇ ਪ੍ਰਚਾਰ ਗੁਰੂ ਕਿਰਪਾ ਕਰੇ ਇਹ ਹੀ ਬੇਨਤੀ ਕਰਦੇ ਆ ਸਮੁੱਚੀਆਂ ਪ੍ਰਬੰਧਕਾਂ ਨੂੰ ਵੀਰਾਂ ਨੂੰ ਸਿੱਖ ਜਗਤ ਦੇ ਸਾਰੇ ਨਮਾਇੰਦਿਆਂ ਨੂੰ ਵੀ ਜੇ ਆਪਣੀ ਸਿੱਖੀ ਦਾ ਆਪਾਂ ਵਾਕੇ ਹੀ ਸੋਹਿਰਦਾ ਮੰਨ ਕਰਕੇ ਜੇ ਤੇ ਕੱਲ ਨੂੰ ਗੁਰੂ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਨੂੰ ਜਾ ਕੇ ਮੂੰਹ ਵਿਖਾਉਣਾ ਕਿਉਂਕਿ ਗੁਰੂ ਸਾਹਿਬ ਨੇ ਪੁੱਛਣਾ ਜ਼ਰੂਰ ਹੈ ਵੀ ਤੁਹਾਨੂੰ ਮੈਂ ਆਹ ਡਿਊਟੀ ਲਈ ਤੁਹਾਨੂੰ ਚੁਣਿਆ ਸੀ ਕਿਸੇ ਨੂੰ ਪ੍ਰਬੰਧਕ ਚੁਣਿਆ ਕਿਸੇ ਨੂੰ ਸੇਵਾਦਾਰ ਚੁਣਿਆ ਜੀ ਕਿਸੇ ਨੂੰ ਗੁਰੂ ਦਾ ਕੀਰਤਨੀਆਂ ਗੁਰੂ ਨੇ ਬਣਾਇਆ ਕਿਸੇ ਨੂੰ ਪ੍ਰਚਾਰਕ ਬਣਾਇਆ ਤੇ ਗੁਰੂ ਨੂੰ ਕੱਲ ਮੂੰਹ ਵਿਖਾਉਣਾ ਹੀ ਆ ਨਾ ਜਾ ਕੇ ਜਾਣਾ ਤਾਂ ਹੈਗੇ ਨਾ ਫਿਰ ਗੁਰੂ ਪੁੱਛੂਗਾ ਨਹੀਂ ਵੀ ਤੇਰੀ ਮੈਂ ਡਿਊਟੀ ਲਈ ਤੂੰ ਕਿਉਂ ਨਹੀਂ ਨਿਭਾਈ ਆਪਣੀ ਹੈਨਾ ਸਾਨੂੰ ਆਪਣੀ ਆਪਣੀ ਡਿਊਟੀ ਸਭ ਨੂੰ ਪਛਾਣਨੀ ਪਊਗੀ ਅਸੀਂ ਟੀਮ ਵਰਕ ਕਰੀਏ ਸਾਰੇ ਪ੍ਰਬੰਧਕ ਵੀਰ ਜੀ ਤੇ ਗੁਰੂ ਕੇ ਵਜ਼ੀਰ ਗੁਰੂ ਕੇ ਕੀਰਤਨੀਏ ਇਹਨਾਂ ਨੂੰ ਆਪਸੀ ਸਮਾ ਇੱਕ ਜੇ ਏਕਾ ਬਣਾ ਕੇ ਚੱਲਣਾ ਜੀ ਵੀ ਆਪਣਾ ਜੇ ਇੱਕ ਨਿਸ਼ਾਨਾ ਮਿਥ ਲੈਣ ਵੀ ਅਸੀਂ ਗੁਰੂ ਦਾ ਪ੍ਰਚਾਰ ਕਰਨਾ ਗੁਰਦੁਆਰੇ ਸਾਡੇ ਸਕੂਲ ਨੇ ਤੇ ਫਿਰ ਵੇਖਿਓ ਸਹਿਰਦਤਾ ਨਾਲ ਇੱਕ ਦੂਜੇ ਨਾਲ ਵਿਚਾਰਵਾਨ ਰੋਹਮ ਨਹੀਂ ਰੋਹਮ ਨਹੀਂ ਵਿਚਾਰਵਾਨ ਹਾਂ ਜਦ ਤੱਕ ਪਦਵੀਆਂ ਖੜੀਆਂ ਤਦ ਤੱਕ ਨਹੀਂ ਗੱਲਬਾਣੀ ਗੁਰੂ ਮਿਹਰ ਕਰੇ ਤੇ ਜੋ ਸਤਗੁਰੂ ਰਹਿਮਤਾਂ ਕਰਨ ਤੇ ਮੈਂ ਤੇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਪਾਂ ਆਪਣੀ ਆਪਣੀ ਡਿਊਟੀ ਆਪਣੇ ਆਪਣੇ ਫਰਜ਼ ਪਛਾਣ ਲਈਏ ਸਭ ਦਾ ਸਨਮਾਨ ਕਰੀਏ ਇੱਕ ਦੂਸਰੇ ਦਾ ਸਨਮਾਨ ਤੇ ਆਪਸੀ ਸੰਵਾਦ ਕਰੀਏ ਸੰਵਾਦ ਕਰੀਏ ਗੁਰੂ ਮੇਰ ਕਰੇਗਾ ਬਿਲਕੁਲ ਜੀ ਮੈਂ ਬਿਲਕੁਲ ਧੰਨਵਾਦ ਕਰਾਂਗੀ ਭਾਈ ਸਾਹਿਬ ਜੀ ਭਾਈ ਬਲਿੰਦਰ ਸਿੰਘ ਜੀ ਨੇ ਦਾ ਬਹੁਤ ਹੀ ਸੁੰਦਰ ਵਿਚਾਰ ਇਹਨਾਂ ਦੱਸੇ ਨੇ ਕੁਝ ਅੱਜ ਦੇ ਸੱਚ ਨੇ ਜਿਹਦੇ ਕਰਕੇ ਸਾਡੇ ਪਨੀਰੀ ਸਾਡੇ ਬੱਚੇ ਦੂਰ ਜਾ ਰਹੇ ਨੇ ਕੁਝ ਦੁਖਾਂਤ ਕੋਮ ਵਿੱਚ ਬਾਹਰੋਂ ਆਇਆ ਹੈ ਬਾਰ ਦੀਆਂ ਸੰਸਥਾਵਾਂ ਪਾਰੀਆਂ ਨੇ ਉਹਨਾਂ ਸਭ ਤੋਂ ਅਸੀਂ ਬਚੜਾ ਕਲਗੀ ਤਰਪਾਛ ਦੇ ਅਖੰਡੇ ਬਾਟੇ ਦੀ ਅੰਮ੍ਰਿਤ ਛਕਨੀ ਤੇ ਉਹਦੇ ਸਕੂਲ ਦੇ ਵਿੱਚ ਹਾਂ ਇੱਕ ਮੈਂ ਬੇਨਤੀ ਹੋਰ ਜ਼ਰੂਰ ਕਰਨੀ ਇੱਕ ਸਾਡੇ ਚ ਰੁਝਾਨ ਜਿਹੜਾ ਨਾ ਉਹ ਹੋ ਸਕਦਾ ਮੈਂ ਗਲਤ ਹਾਂ ਪਰ ਮੈਨੂੰ ਜਿੱਥੇ ਤੱਕ ਲੱਗਦਾ ਨਾ ਉਹ ਗਲਤ ਆ ਜੀ ਸਿੱਖੀ ਵਿੱਚ ਕੰਪੀਟੀਸ਼ਨ ਨਹੀਂ ਜੇ ਹੁੰਦਾ ਹਮ ਸਿੱਖੀ ਵਿੱਚ ਮੁਕਾਬਲੇਬਾਜ਼ੀ ਨਹੀਂ ਹੁੰਦੀ ਜੀ ਸਿੱਖੀ ਤੇ ਸਿੱਖਣ ਦਾ ਵਿਸ਼ਾ ਹੈ ਸਿੱਖਣ ਦੇ ਵਿੱਚ ਕਾਦੀ ਮੁਕਾਬਲੇਬਾਜ਼ੀ ਹੈ ਜੀ ਜਿਹੜੇ ਅਸੀਂ ਬੱਚਿਆਂ ਨੂੰ ਕੰਪੀਟੀਸ਼ਨ ਕਰਾਉਣ ਲੱਗ ਜਾਂਦੇ ਉਹ ਬੱਚੇ ਉੱਥੇ ਬ੍ਰੇਕ ਲਾ ਜਾਂਦੇ ਜਿਹੜਾ ਬੱਚਾ ਤੇ ਜਿੱਤ ਗਿਆ ਉਹ ਮੁੜ ਕੇ ਕਹਿੰਦਾ ਮੈਨੂੰ ਲੋੜ ਨਹੀਂ ਜਿੱਥੇ ਤੱਕ ਮੈਂ ਬਾਚਿਆ ਨਾ ਬਾਹਰ ਵਿਦੇਸ਼ਾਂ 'ਚ ਤੇ ਇੰਨੇ ਸਾਲ ਹੋ ਗਏ ਆਉਂਦਿਆਂ ਨੂੰ ਕੀਰਤਨ ਬੱਚੇ ਸਿੱਖਦੇ ਆ ਪਰ ਇੱਕ ਵੀ ਜਥਾ ਪੈਦਾ ਨਹੀਂ ਹੁੰਦਾ ਕੋਈ ਕੋਈ ਗਰੰਥੀ ਕਿਉਂ ਨਹੀਂ ਪੈਦਾ ਹੋਇਆ ਕਿਉਂਕਿ ਜਿਹੜਾ ਬੱਚਾ ਦੋ ਸ਼ਬਦ ਸਿੱਖ ਗਿਆ ਉਹ ਮੁਕਾਬਲਾ ਜਿੱਤੇ ਉਹ ਕੰਪੀਟੀਸ਼ਨ ਜਿੱਤ ਗਿਆ ਤੇ ਫਿਰ ਉਹ ਵੈਸੇ ਕਹਿੰਦਾ ਵੀ ਹੁਣ ਮੈਨੂੰ ਲੋੜ ਨਹੀਂ ਮੈਂ ਸਿੱਖ ਲਿਆ ਸੱਚ ਹੈ ਨਾ ਜਿਹੜਾ ਹਾਰ ਗਿਆ ਉਹ ਕਹਿੰਦਾ ਮੈਂ ਨਹੀਂ ਸਿੱਖਣਾ ਉਹ ਵੈਸੇ ਬੇਇੱਜ਼ਤੀ ਮਹਿਸੂਸ ਕਰਦਾ ਬਿਲਕੁਲ ਜੀ ਜੀ ਬਿਲਕੁਲ ਇਹ ਦੋਨੋਂ ਹੀ ਸਰਟੀਫਿਕੇਟਕ ਹੋ ਗਏ ਹਟਾਏ ਤੇ ਸਾਰੀ ਉਮਰ ਅਸੀਂ ਸਿੱਖਣਾ ਅਸੀਂ ਬੱਚੇ ਦਾ ਕੰਮ ਸਿੱਖਦੇ ਜਾਣਾ ਸਿੱਖਦੇ ਜਾਣਾ ਸਿੱਖਦੇ ਜਾਣਾ ਮਾਨ ਸਨਮਾਨ ਸਾਨੂੰ ਗੁਰੂ ਨੇ ਦੇਣਾ ਗੁਰੂ ਨੇ ਦੇਣਾ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਹੈ ਇਹ ਸ਼ਾਇਦ ਹੋ ਸਕਦਾ ਮੈਂ ਗਲਤ ਹਾਂ ਪਰ ਜੋ ਮੈਂ ਮਹਿਸੂਸ ਕਰਦਾ ਉਹ ਇਹ ਬੇਨਤੀ ਜ਼ਰੂਰ ਕਰਨੀ ਵੀ ਆਪਾਂ ਸਿੱਖਣ ਵਾਲੇ ਬੱਚਿਆਂ ਨੂੰ ਇਹੀ ਸਿੱਖੇ ਦੇ ਵੀ ਆਪਾਂ ਪੁੱਤਰ ਸਾਰਾ ਟਾਈਮ ਸਿੱਖਣਾ ਤੇ ਗੁਰੂ ਮੇਰ ਕਰੇ ਕੀਰਤਨ ਭਗਤੀ ਆ ਕੀਰਤਨ ਕੋਈ ਮੁਕਾਬਲੇਬਾਜ਼ੀ ਦਾ ਵਿਸ਼ਾ ਨਹੀਂ ਆ ਹਾਂ ਗਾਣਿਆਂ 'ਚ ਮੁਕਾਬਲੇ ਹੋ ਸਕਦੇ ਆ ਪਰ ਗੁਰੂ ਦੀ ਕੀਰਤਨ ਵਿੱਚ ਕੋਈ ਮੁਕਾਬਲਾ ਨਹੀਂ ਕੀਰਤਨ ਤੇ ਨਿਮਾਣੇ ਹੋ ਕੇ ਕੀਤਾ ਜਾਂਦਾ ਬਿਲਕੁਲ ਜੀ ਗੁਰੂ ਮੇਰਾ ਕਰੇ ਚਲੋ ਮੈਨੂੰ ਹੁਣ ਆ ਗਿਆ ਬਖਸ਼ੋ ਬਿਲਕੁਲ ਜੀ ਮੈਂ ਬਹੁਤ ਬਤਨਵਾਦ ਕਰਦੀ ਹਾਂ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਦਾ ਪੰਜਾਬੀ ਵਿਰਾਸਤ ਯੂਸੀ ਚੈਨਲ ਵਾਲਾ ਜੀ ਦਾ ਨਿਕਾ ਸਵਾਗਤ ਵੀ ਕਰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ ਦਾ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਬਖਸ਼ਿਸ਼ ਕੀਤਾ ਇਹਨਾਂ ਨੇ ਸਾਨੂੰ ਜੋ ਕਿ ਕੀਰਤਨ ਕਰਕੇ ਹੁਣੇ ਉੱਥੇ ਸਨ ਤੇ ਬੇਨਤੀ ਪ੍ਰਵਾਨ ਕਰ ਲਈ ਇਹਨਾਂ ਦਾ ਗੁਰੂ ਪਾਤਸ਼ਾਹ ਕੋਲ ਅਰਦਾਸ ਕਰਾਂਗੇ ਕਿ ਸੱਚੇ ਪਾਛੇ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਣ ਤੇ ਹਮੇਸ਼ਾ ਹੀ ਆਪਣੀ ਰਸਮੀ ਨੀ ਆਵਾਜ਼ ਦੇ ਨਾਲ ਸਿੱਖ ਸੰਗਤਾਂ ਨੂੰ ਕੀਰਤਨ ਰਾਹੀਂ ਇਹਨਾਂ ਦਾ ਹਾਲ ਕਰਨ ਤੇ ਇੰਜ ਹੀ ਇਹਨਾਂ ਦੇ ਕੀਰਤਨ ਦੇ ਨਾਲ ਪਤਾ ਨਹੀਂ ਕਿੰਨੀ ਆ ਰੂਹਾਂ ਕੀਰਤਨ ਨਾਲ ਜੋੜ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸਿਰਫ ਸੁਣਨ ਦੇ ਨਾਲ ਹੀ ਨਤਮਸਤਕ ਹੋ ਜਾਂਦੀਆਂ ਨੇ ਗੁਰੂ ਰਾਮਦਾਸ ਜੀ ਦੀ ਤਰਤੀ ਇਹਨਾਂ ਦੇ ਦਰਸ਼ਨ ਦੇ ਦਾਰ ਇਹ ਵੀ ਜਿੰਨੇ ਵੀ ਸਾਡੇ ਰਾਗੀ ਪ੍ਰਚਾਰਕ ਆਂਦੇ ਨੇ ਗੁਰੂ ਰਾਮਦਾਸ ਜੀ ਦੀ ਨਗਰੀ ਤੋਂ ਜਿਹੜੀਆਂ ਸਾਡੇ ਵਰਗੀਆਂ ਸੰਗਤਾਂ ਹੁੰਦੀਆਂ ਨੇ ਤੁਹਾਡੇ ਵਰਗੀਆਂ ਘਰ ਬੈਠੀਆਂ ਸੰਗਤਾਂ ਹੁੰਦੀਆਂ ਨੇ ਤਾਂ ਉਹਨਾਂ ਚ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਨੇ ਸੋ ਮੈਂ ਧੰਨਵਾਦ ਕਰਾਂਗੀ ਬਹੁਤ ਬੁੱਝੀਆਂ ਆਇਆਂ ਨੂੰ ਆਓ ਫਤਿਹ ਬੁਲਾਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ